ਜਸ ਪੰਜਾਬੀ ਦੇਖਦੇ ਹੋਏ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆ ਬ੍ਰੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਪ੍ਰੋਗਰਾਮ ਅੱਜ ਦਾ ਮੁੱਦਾ ਦੇ ਵਿੱਚ ਮੈਂ ਤੁਹਾਡੀ ਹੋਸਟ ਆਸ਼ਮਿਤਾ ਤੁਹਾਨੂੰ ਵਾਦਾ ਕੀਤਾ ਸੀ ਕਿ ਇਹ ਜੋ ਤਿੰਨ ਬਿਲਜ਼ ਹਨ ਜਿਨ੍ਹਾਂ ਨੂੰ ਫਾਰਮਰਜ਼ ਬਿਲਜ਼ ਕਿਹਾ ਜਾ ਰਿਹਾ ਹੈ ਐਗਰੀਕਲਚਰ ਬਿਲਜ਼ ਕਿਹਾ ਜਾ ਰਿਹਾ ਹੈ ਇਹਨਾਂ ਦੇ ਬਾਰੇ ਬਰੀਕੀ ਦੇ ਵਿੱਚ ਤੁਹਾਨੂੰ ਜਾਣਕਾਰੀ ਦਵਾਂਗੇ ਤੇ ਸਾਨੂੰ ਇੱਕ ਪੜੀ ਫਿਰ ਪਾਰਟ 2 ਇਸ ਸੀਰੀਜ਼ ਦੇ ਵਿੱਚ ਸਾਨੂੰ ਜਾਣਕਾਰੀ ਦੇਣ ਲਈ ਜੁਆਇਨ ਕਰੇ ਇੰਡੀਆ ਤੋਂ ਸਾਡੇ ਖਾਸ ਮਹਿਮਾਨ ਜਗਿੰਦਰ ਸਿੰਘ ਜਿੰਦੂ ਜੀ ਐਡਵੋਕੇਟ ਡਿਸਟ੍ਰਿਕਟ ਕੋਰਟਸ ਪਟਿਆਲਾ ਜਗਿੰਦਰ ਜੀ ਤੁਹਾਡੇ ਇੱਕ ਵਾਰੀ ਫਿਰ ਸਾਡੇ ਪ੍ਰੋਗਰਾਮ ਦੇ ਵਿੱਚ ਸਵਾਗਤ ਸਸਟੇਰ ਕਾਲ ਇੰਨਾ ਸਵਾਗਤ ਵੀ ਨਾ ਕਰੋ ਕਿ ਮੈਂ ਉਂਝ ਥੋੜਾ ਜਿਹਾ ਜਮਲ ਜੰ ਨਹੀਂ ਸਾਨੂੰ ਕਰਨਾ ਪੈਣਾ ਜਗਿੰਦਰ ਜੀ ਬਿਕੋਜ਼ ਮੈਂ ਈ ਵਿਊਅਰਸ ਨੂੰ ਇੱਕ ਬਾਰੀ ਫਿਰ ਦੱਸਣਾ ਚਾਹੁੰਦੀ ਆ ਤੁਸੀਂ ਸਾਡੇ ਬਜ਼ੁਰਗ ਹੋ ਤੁਸੀਂ ਸਾਡੇ ਸਿਆਣੇ ਹੋ ਲੇਕਿਨ ਤੁਸੀਂ ਇਸ ਮੋਰਚੇ ਦੇ ਇੱਕ ਐਕਟਿਵ ਪਾਰਟਿਸਪੈਂਟ ਹੋ 10 ਦਿਨ ਤੁਸੀਂ ਦਿੱਲੀ ਵਿੱਚ ਹੋਨੇ ਉੱਥੇ ਸੀਗੇ ਐਂਡ ਬਿਮਾਰ ਕਰਕੇ ਤੁਸੀਂ ਹੁਣੇ ਵਾਪਸ ਆਏ ਹੋ ਬਟ ਇਹਦੇ ਲਈ ਆਪਾਂ ਸਾਰੇ ਧੰਨਵਾਦੀ ਆਪਾਂ ਇੱਥੇ ਅਬ੍ਰੋਡ ਬੈਠੇ ਆ ਤੁਹਾਡੇ ਨਾਲ ਗੱਲ ਕਰ ਰਹੇ ਆਂ ਬਟ ਫਰੰਟ ਲਾਈਨ ਪ੍ਰੋਟੈਸਟਰ ਹੀਰੋ ਤਾਂ ਤੁਸੀਂ ਹੋ ਸੋ ਥੈਂਕ ਯੂ ਫਾਰ ਐਂਡ ਮੋਸਟ ਇੰਪੋਰਟੈਂਟਲੀ ਜੁਗਿੰਦਰ ਜੀ ਜੋ ਤੁਸੀਂ ਸਾਨੂੰ ਗਿਆਨ ਦੇ ਰਹੇ ਹੋ ਉਹ ਤਾਂ ਆਪਾਂ ਕਹਿ ਸਕਦੇ ਹਾਂ ਪ੍ਰਾਈਸਲੈਸ ਹੈ ਬਿਕੋਜ਼ ਇਨ ਬਿਲਸ ਨੂੰ ਲੈ ਕੇ ਹਲੇ ਵੀ ਆਮ ਆਦਮੀ ਨੂੰ ਉਹ ਇੰਨੀ ਬਰੀਕੀ ਨਾਲ ਉਹ ਜਾਣਕਾਰੀ ਨਹੀਂ ਹੈਗੀ ਤਾਂ ਕਿ ਆਪਾਂ ਅੱਗੇ ਗਾਂ ਜਾ ਕੇ ਆਪਣੇ ਗਵਾਂਡੀਆਂ ਦੇ ਨਾਲ ਆਪਣੇ ਨੌਨ ਇੰਡੀਅਨ ਨੌਨ ਪੰਜਾਬੀ ਦੋਸਤਾਂ ਦੇ ਨਾਲ ਗੱਲ ਕਰ ਸਕੀਏ ਆਪਣੇ ਇਲੈਕਟਿਡ ਅਫੀਸ਼ੀਅਲਸ ਨੂੰ ਦੱਸ ਸਕੀਏ ਕਿਉਂ ਇਹ ਬਿਲਸ ਕਿਸਾਨਾਂ ਦੇ ਇਨ ਖਿਲਾਫ ਹਨ ਜੁਗਿੰਦਰ ਜੀ ਸਾਡੇ ਇਸ ਸੀਰੀਜ਼ ਦੇ ਪਹਿਲੇ એપisode ਦੇ ਵਿੱਚ ਤੁਸੀਂ ਸਾਨੂੰ ਥੋੜਾ ਇਤਿਹਾਸਿਕ ਤੌਰ ਤੇ ਦੱਸਿਆ ਸੀ ਕਿ ਕਿਸਾਨੀ ਦੀ ਕੀ ਇਮੀਅਤ ਹੈ ਨਾ ਕਿ ਸਿਰਫ ਸਾਡੇ ਲਈ ਇੱਕ ਪੰਜਾਬੀ ਲਈ ਇੱਕ ਸਿੱਖ ਲਈ ਬਟ ਇਸ ਪੂਰੀ ਤੁਸੀਂ ਕਹਿ ਲਓ ਹਿਊਮੈਨਿਟੀ ਲਈ ਰਾਈਟ ਬਟ ਲੈਟਸ ਗੈਟ to the bills right a e ordinances kis tarah ordinance to bills baniya ik bhi comma nahi change hoya i mean india duniya di sab to waddi democracy mani jandi hai but eh ta nahi mainu lagda democracy is tarah function kar di hai let's talk about the actual bills now um mai shuru karna 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 chahungi is episode de vich um uh, gal uh, about the farmers empowerment and protection agreement on price assurance and farm services act um tusi sanu ek bahut almost hasi di gal hai jo pichle episode vich dassya si ki kis tarah in bill na da rakhiya gaya right ek taraf tusi kise nu empower kar rahe ho unna nu tandrust kar rahe ho dooji taraf tusi keh rahe ho ki main todi rakhwali vi karni hai eh ek bill de naam de vich likhya right so is bill di jadon aapa gal karde ha um kis tarah da ਨੈਸ਼ਨਲ ਫਰੇਮਵਰਕ ਐਂਡ ਤੁਸੀਂ ਸਾਨੂੰ ਇਹ ਵੀ ਦੱਸਿਆ ਕਿ ਜਿੱਥੇ ਐਗਰੀਕਲਚਰ ਦੀ ਗੱਲ ਆਂਦੀ ਹੈ ਇਹ ਇੱਕ ਸਟੇਟ ਇਸ਼ੂ ਹੈ ਇਹ ਕੇਂਦਰ ਸਰਕਾਰ ਇਹ ਪ੍ਰੈਜ਼ੀਡੈਂਟ ਰਾਸ਼ਟਰਪਤੀ ਦੇ ਜੁਰਿਸਡਿਕਸ਼ਨ ਵਿੱਚ ਆਂਦਾ ਵੀ ਨਹੀਂ ਹੈਗਾ ਬਟ ਅਗਰ ਆਪਾਂ ਨੈਸ਼ਨਲ ਫਰੇਮਵਰਕ ਦੀ ਗੱਲ ਕਰਦੇ ਆਂ ਕਿਸ ਤਰ੍ਹਾਂ ਦਾ ਨੈਸ਼ਨਲ ਫਰੇਮਵਰਕ ਇਹ ਬਿੱਲ ਐਕਚੁਅਲੀ ਬਣਾ ਰਿਹਾ ਹੈ ਐਂਡ ਉਹਦੇ ਨਾਲ ਕੋਈ ਇੰਪਾਵਰਮੈਂਟ ਕੋਈ ਪ੍ਰੋਟੈਕਸ਼ਨ ਕਿਸਾਨਾਂ ਦੀ ਹੈਗੀ ਖਾਸ ਕਰਕੇ ਜਦੋਂ ਆਪਾਂ ਛੋਟੇ ਕਿਸਾਨ ਦੀ ਗੱਲ ਕਰਦੇ ਆਂ ਵਿਚ ਅਪਰੋਕਸੀਮੇਟ प्लीज 86% ऑफ ऑल फार्मर्स इन इंडिया अम सो किस तरह दी रखवाली ਤੇ ਕਿਸ ਤਰ੍ਹਾਂ ਦੀ एंपावरमेंट ए ए बिल प्रोवाइड ਕਰਦਾ ਹੈ ਕਿਸਾਨਾਂ ਲਈ ए अश्मिता उसन, जी ए ਨਾਰਖਵਾਲੀ ਹੈ ਦਾ ਕਿਸਾਨਾਂ ਦੀ एंपावरमेंट ਨਾ ਹੈ ਮੈਂ ਪਹਿਲਾਂ ਕਹਿ ਕੇ ਹਟਿਆ ਮੈਂ ਰਿਪੀਟ ਨਹੀਂ ਕਰਾਂਗਾ ਕਿ ਵਰਚੂअली ਇਹ ਰਖਵਾਲੀ ਨਹੀਂ ਕਰਦਾ ਉਸ ਨੂੰ ਉਸ ਨੂੰ ਤਬਾਹੀ ਕਰਦਾ ਜੀ ਉਹ ਇੱਕ ਗਿਰਜਖ ਨਾਲ ਇਸ ਕਿੰਤੀ ਜਿਹ ਸੈਕਟਰ ਚਾਹੀਏ ਜੀ ਇਹਦਾ ਨਾਮ ਇਹ ਦੇ ਕਰੈਕਟਰ ਨਾਮ ਮੈਂ ਪਹਿਲਾਂ ਵੀ ਕਹਿਆ ਮੈਂ ਨਹੀਂ ਕਹਿੰਦਾ ਬਿਲਕੁਲ ਵੀ ਇਹਦੀਆਂ ਮਦਾਂ ਹੋਰ ਆ ਇਹਦਾ ਨਾਮ ਜਿਹੜਾ ਹੋਰ ਹੈ ਇਹ ਉਹਨਾਂ ਨੇ ਜਿਹੜਾ ਫਰੇਮਵਰਕ ਬਣਾਇਆ ਉਹ ਕਹਿੰਦੇ ਐ ਇਸ ਨੈਸ਼ਨਲ ਫਰੇਮਵਰਕ ਅਸੀਂ ਬਣਾ ਰਹੇ ਹਾਂ ਕਾਦੇ ਲਈ ਮੋਟਿਵ ਕੀਆ ਉਹਨਾਂ ਦਾ ਨੈਸ਼ਨਲ ਫਰੇਮਵਰਕ ਦਾ ਕਿ ਅਸੀਂ ਕਿਸਾਨ ਨੂੰ ਜਿਹੜੀ ਐਗਰੋ ਬੇਸਡ ਇੰਡਸਟਰੀ ਹੈ ਜਿਹੜਾ ਫੂਡ ਦਾ ਪ੍ਰੋਸੈਸਰ ਹੈ ਜਿਹੜਾ ਸਟਾਕ ਹੋਲਡਰ ਹੈ ਜਿਹੜਾ ਮਤਲਬ ਐਕਸਪੋਰਟਰ ਹੈ ਉਹਦੇ ਨਾਲ ਇੰਗੇਜ ਕਰਨਾ ਇੰਗੇਜਮੈਂਟ ਨਾ ਦੋ ਬਰਾਬਰ ਦੀਆਂ ਧਿਰਾਂ ਦੀ ਹੁੰਦੀ ਹੈ ਜੀ ਇਹ ਨੂੜ ਰਹੇ ਐਂਗੇਜ ਨਹੀਂ ਕਰ ਰਹੇ ਇੱਕ ਐਸੇ ਬੰਦੇ ਨੂੰ ਜਿਹੜਾ ਜ਼ਮੀਨ ਤੇ ਪਿਆ ਇੱਕ ਐਸੇ ਬੰਦੇ ਨਾਲ ਲੜ ਰਿਹਾ ਜਿਹੜਾ 47 ਦੀ 47 ਮੰਜ਼ਲ ਮੰਜ਼ਲ ਤੇ ਬੈਠਾ ਹੈ ਕਾਰਪੋਰੇਟਰ ਨਾਲ ਜਦੋਂ ਤੁਸੀਂ ਨੂੜੋਗੇ ਕਿਸਾਨ ਨੂੰ ਉਹਦੀਆਂ ਬਰੂਹਾਂ ਤੇ ਆ ਗਿਆ ਕਦੇ ਕਦੇ ਵੀ ਕਾਰਪੋਰੇਟ ਕਿਸਾਨ ਦੇ ਘਰ ਤੇ ਨਹੀਂ ਆਇਆ ਘਰ ਤੇ ਆ ਗਿਆ ਉਹ ਉਹ ਦੂਰ ਸੀਗਾ ਉਹਦੇ ਤੋਂ ਉਹਨੂੰ ਉਹਦਾ ਅਸਲੀ ਕੈਰੇਕਟਰ ਨਹੀਂ ਸੀ ਪਤਾ ਲੱਗਦਾ ਇਹਦਾ ਚੰਗਾ ਪੱਖ ਇਹ ਹੈ ਕਿ ਜੂੰ ਜੂੰ ਉਹ ਆ ਰਿਹਾ ਤੂੰ ਤੂੰ ਉਹਦਾ ਕੈਰੇਕਟਰ ਕਿਸਾਨ ਨੇ ਸਮਝ ਲਿਆ ਇਹ ਲੜਾਈ ਪਹਿਲੀ ਵਾਰੀ ਹੈ ਕਿ ਕਿਸਾਨ ਪੋਲਿਸੀਸ ਤੇ ਲੜਾਈ ਕਰ ਰਿਹਾ ਜਿਹੜੀ ਹੈਡ ਆਨ ਕੋਲੀਜਨ ਆ ਉਹ ਸਰਕਾਰ ਦੇ ਨਾਲ ਕਾਰਪੋਰੇਟ ਨਾਲ ਹੋ ਰਿਹਾ ਸਿੱਧੀ ਟੱਕਰ ਚ ਆ ਕੇ ਕਾਰਪੋਰੇਟ ਦੇ ਨਾਲ ਇਹ ਕਿਸਾਨੀ ਦੀ ਮੂਵਮੈਂਟ ਦੇ ਅੰਦਰ ਪਹਿਲੀ ਇਵੈਂਟ ਇਸ ਤਰ੍ਹਾਂ ਦੀ ਜਦੋਂ ਉਹ ਮਤਲਬ ਐਨ ਪਿੰੜ ਰਹੇ ਆ ਜਿਵੇਂ ਅਸੀਂ ਤੁਹਾਡੇ ਨਾਲ ਪਿੰੜਨਾ ਜੀ ਕਾਰਪੋਰੇਟ ਨਾਲ ਜਿਨ੍ਹਾਂ ਦੇ ਜਿਨ੍ਹਾਂ ਦਾ ਮਤਲਬ ਤੁਸੀਂ ਉਹ ਬਣੇ ਹੋਏ ਹੋ ਸਪੋਕਸਮੈਨ ਜਿਨ੍ਹਾਂ ਦੀ ਰਾਖੀ ਤੁਸੀਂ ਕਰ ਰਹੇ ਹੋ ਹਿੱਤਾਂ ਦੀ ਉਹਨਾਂ ਨਾਲ ਤਾਂ ਅਸੀਂ ਪਿੰੜਨਾ ਹੀ ਪਿੰੜਨਾ ਨਾਲ ਉਹਨਾਂ ਨਾਲ ਵੀ ਅਸੀਂ ਪਿੰੜਨਾ ਤੁਹਾਡੇ ਨਾਲ ਵੀ ਉਹ ਸਿੱਧੀ ਲੜਾਈ ਹੈ ਉਹਨਾਂ ਨਾਲ ਹੁਣ ਇਹ ਫਰੇਮਵਰਕ ਜਿਹੜਾ ਬਣਾਇਆ ਉਹਨਾਂ ਨੇ ਇਸ ਫਰੇਮਵਰਕ ਦੇ ਪਾਰਟ ਆਏ ਜਿਹੜਾ ਸੈਕੰਡ ਬਿਲ ਹੈ ਉਹ ਐਗਰੀਮੈਂਟਸ ਦਾ ਪਹਿਲਾ ਜਿਹੜਾ ਤੁਸੀਂ ਨਾਂ ਲਿਆ ਉਹਦਾ ਕਿ ਜਿਹੜੇ empowerment ਰੋ ਦੀ ਪ੍ਰੋਟੈਕਸ਼ਨ ਤੇ ਐਗਰੀਮੈਂਟ ਔਨ ਪ੍ਰਾਈਸ ਅਸ਼ੋਰੈਂਸ ਤੇ ਨਾਲ ਹੀ ਫਾਰਮ ਸਰਵਿਸਿਸ ਦੇ ਐਗਰੀਮੈਂਟ ਦਾ ਵੀ ਲੈ ਜਿਸ ਐਗਰੀਮੈਂਟ ਦੇ ਤਹਿਤ ਇਹ ਐਗਰੀਮੈਂਟ ਹੋਣਾ ਕਿਸਾਨ ਤੇ 스폰서 ਵਰਡ ਉਹਨਾਂ ਨੇ ਯੂਜ਼ ਕੀਤਾ 스폰서 ਦੇ ਅੰਦਰ 스폰서 ਕਾਰਪੋਰੇਟ ਦਾ ਕੋਈ ਕਰਨਾ ਹੋਵੇਗਾ 스폰서 ਜਿਹੜਾ ਉਹ ए बी सी ਕੋਈ ਵੀ ਹੋ ਸਕਦਾ ਹੈ ਉਹ 스폰서 ਹੋਊਗਾ ਉਸ 스폰서 ਦੇ ਨਾਲ ਜਿਹੜਾ ਐਗਰੀਮੈਂਟ ਹੋਊਗਾ ਉਹ ਕਿਸਾਨ ਦਾ ਉਸ ਐਗਰੀਮੈਂਟ ਦੇ ਅੰਦਰ ਤਿੰਨ ਸ਼ਬਦ ਉਹਨਾਂ ਨੇ ਇਸਤੇਮਾਲ ਕੀਤੇ ਜਿਹੜੇ ਕਿ ਫਸਲ ਜਿਹੜੀ ਹੈ ਫੂਡ ਫੂਡ ਜਿਹੜਾ ਉਹਨੂੰ ਪ੍ਰੋਡਿਊਸ ਅਜਿਹੀ ਪੈਦਾ ਕਰਨਾ ਉਹਦਾ ਸਟੈਂਡਰਡ ਕੀ ਹੋਊਗਾ ਉਹਦੀ ਕੁਆਲਿਟੀ ਕੀ ਹੋਊਗੀ ਉਹਦਾ ਗ੍ਰੇਡ ਕੀ ਹੋਊਗਾ ਕੁਆਲਿਟੀ ਗ੍ਰੇਡ ਤੇ ਸਟੈਂਡਰਡ ਦੇ ਹਿਸਾਬ ਨਾਲ ਕਿ ਇਹ ਕੁਆਲਿਟੀ ਤੁਸੀਂ ਪ੍ਰੋਡਿਊਸ ਕਰਕੇ ਦੇਣੀ ਹੈ ਇਹ ਉਹਦਾ ਗ੍ਰੇਡ ਹੋਊਗਾ ਇਹ ਸਟੈਂਡਰਡ ਹੋਊਗਾ ਚੌਥਾ ਫੀਚਰ ਜਿਹੜਾ ਮੈਂ ਐਡ ਕੀਤਾ ਜੀ ਉਹਦੇ ਅੱਗੇ ਜਾ ਕੇ ਚੌਥਾ ਫੀਚਰ ਉਹਨੇ ਐਡ ਕਰਤਾ ਉਹਦੇ ਅੰਦਰ ਕਿ ਉਹਦਾ ਇਹ ਮਤਲਬ ਫੀਚਰ ਕੀ ਹੋਣਗੇ ਫੀਚਰ ਹੁੰਦੇ ਨੇ ਨੰਨ ਜੀ ਤੇ ਬੰਬ ਜੇ ਹੁਣ ਕਣਕ ਪੈਦਾ ਕਰ ਰਹੇ ਹਾਂ ਇਹ ਦੇਖਣਗੇ ਵੀ ਉਹਦਾ ਨੱਕ ਕਿਦਾਂ ਦਾ ਉਹਦੇ ਬੁੱਲ ਕਿਦਾਂ ਦੇ ਉਹਦਾ ਕੰਨ ਕਿਦਾਂ ਦਾ ਮਤਲਬ ਉਹ ਦਾਣੇ ਦੇ ਉਹਨਾਂ ਨੇ ਉਹ ਦੇਖਣੇ ਆ ਜਦੋਂ ਆਉਣਗੇ ਤੁਹਾਡੀ ਲੈਣ ਫਸਲ ਆਫਟਰ ਆਲ ਤਮ ਬੜੇ ਸੁਖਮ ਯੰਤਰ ਲੈ ਕੇ ਆਉਣਗੇ ਹੂੰ ਇਹਦੇ ਨਾਲ ਅੱਗੇ ਕਰਤਾ ਇਸ ਤੋਂ ਵੀ ਕਿ ਕਿ ਜਿਹੜਾ ਪੈਸਟੀਸਾਈਡ ਰੈਜ਼ਿਡੂ ਦਾ ਸਟੈਂਡਰਡ ਕੀ ਹੋਗਾ ਜੀ ਜੇ ਤੁਸੀਂ ਪੈਸਟੀਸਾਈਡ ਪਾਉਣੇ ਹੋ ਤਾਂ ਉਹਦੇ ਅੰਦਰ ਪੋਸੀਬਲ ਨਹੀਂ ਹੈ ਕਿ ਉਹ 100% ਫਸਲ ਚੋਂ ਉੱਡ ਜਾਊਗਾ ਜੀ ਜਿਹੜਾ ਦਾਣਾ ਬਚਦਾ ਹੈ ਉਹਦੇ ਅੰਦਰ ਪੈਸਟੀਸਾਈਡ ਦਾ ਰੈਜ਼ਿਡਿਊ ਜਦੋਂ ਦਾਣੇ ਨੇ ਬਣਨਾ ਫਸਲ ਨੇ ਦਾਣੇ ਚ ਤਬਦੀਲ ਹੋਣਾ ਤਾਂ ਉਹਦੇ ਅੰਦਰ ਪੈਸਟੀਸਾਈਡ ਦਾ ਰੈਜ਼ਿਡਿਊ ਜਿਹੜਾ ਰਹਿਣਾ ਹੈ ਉਹਦੇ ਅੰਦਰ ਕਰਤਾ ਕਿ ਪੈਸਟੀਸਾਈਡ ਦਾ ਰੈਜ਼ਿਡਿਊ ਕੀ ਹੋਗਾ ਉਹ ਵੀ ਤੁਹਾਡੇ ਐਗਰੀਮੈਂਟ ਦਾ ਹਿੱਸਾ ਹੋਊਗਾ ਵਾਓ ਤੁਸੀਂ ਅੰਦਾਜ਼ਾ ਲਾਓ ਕਿ ਅਸੀਂ ਉਹਨਾਂ ਨੇ ਐਗਰੀਮੈਂਟ ਕਰ ਲਿਆ ਕਿਸਾਨਾਂ ਨੇ ਉਹਦੇ ਨਾਲ ਵੀ ਤੁਹਾਡੀ ਫਸਲ ਪ੍ਰਾਈਸ ਦੀ ਦਾ ਵੀ ਐਗਰੀਮੈਂਟ ਹੋਣਾ ਜੀ ਵੀ ਤੁਹਾਡੀ ਫਸਲ ਜਿਹੜੀ ਹੈ ਮੈਂ 1800 ਰੁਪਏ ਕਣਕ ਦੀ ਲਾ ਦੂੰਗਾ 1800 ਰੁਪਏ ਚ ਕੂਗਾ ਜਦੋਂ ਤੁਸੀਂ ਪ੍ਰੋਡਿਊਸ ਕਰ ਦਿੰਗੇ ਤਾਂ ਇਹ ਚਾਰ ਚੀਜ਼ਾਂ ਤੇ ਉਹਨਾਂ ਨੇ ਕਿਸਾਨ ਨੂੰ ਮਾਰ ਦੇਣਾ ਜਦੋਂ ਫਸਲ ਪੱਕੂਗੀ ਉਹ ਕਹਣਗੇ ਕੁਆਲਟੀ ਨਹੀਂ ਹੈ ਜਿਹੜੀ ਕੁਆਲਟੀ ਸਾਨੂੰ ਚਾਹੀਦੀ ਸੀ ਉਹ ਸਟੈਂਡਰਡ ਨਹੀਂ ਹੈ ਜਿਹੜਾ ਸਟੈਂਡਰਡ ਸਾਨੂੰ ਚਾਹੀਦਾ ਸੀ ਉਹ ਗ੍ਰੇਡ ਨਹੀਂ ਹੈ ਜਿਹੜਾ ਗ੍ਰੇਡ ਚਾਹੀਦਾ ਸੀ ਇਹਦੇ ਫੀਚਰ ਜਿਹੜੇ ਆ ਇਹ ਤਾਂ ਉਹੀ ਅੱਖੀ ਕਣੀਆਂ ਦੀ ਤਾਂ ਦੀ ਇਹ ਸ਼ਕਲ ਹੀ ਹੋਰ ਤਰ੍ਹਾਂ ਦੀ ਹੈ ਜਿਹੜੀ ਸ਼ਕਲ ਤੁਸੀਂ ਕਹਿ ਨਹੀਂ ਸਕਦੇ ਉਹਦੇ ਅੰਦਰ ਸੂਖਮ ਮੀਟਰ ਲੈ ਕੇ ਆਉਣਗੇ ਤੇ ਉਹ ਕਹਿਣਗੇ ਅਸੀਂ ਤੁਹਾਨੂੰ 1400 ਦਵਾਂਗੇ 1200 ਦਵਾਂਗੇ 1500 ਦਵਾਂਗੇ ਜਾਂ ਅਸੀਂ ਦਵਾਂਗੇ ਨਹੀਂ ਤੁਹਾਡੀ ਫਸਲ ਚੱਕਾਂਗੇ ਨਹੀਂ ਕਿਉਂਕਿ ਇਹਦੇ ਫੀਚਰ ਠੀਕ ਨਹੀਂ ਹੈ ਸਾਡੇ ਮੁਤਾਬਕ ਨਹੀਂ ਸਾਡੇ ਐਗਰੀਮੈਂਟ ਦੇ ਮੁਤਾਬਕ ਫਿਰ ਕਿਸਾਨ ਖੇਤੀ ਕਰਦਾ ਰਹਾ ਪੁਸਤਦਰ ਪੁਸਤ ਖੇਤੀ ਕਰਦਾ ਰਹਾ ਤੇ ਖੇਤੀ ਕਰਦਾ ਉਹਨੇ ਪ੍ਰੋਫੈਕਸ਼ਨ ਹਾਸਲ ਕੀਤੀ ਹੈ ਇਸ ਇਸ ਪ੍ਰੋਸੈਸ ਦੇ ਅੰਦਰ ਤੇ ਜਨਰਲ ਹੈ ਕਿ ਜਿਹੜਾ ਬੰਦਾ ਜਿਹੜਾ ਕੰਮ ਕਰਦਾ ਆ ਰਿਹਾ ਹੋਵੇ ਉਸਤਦਾਰ ਪੁਸਤਕਰਦਾ ਆ ਰਿਹਾ ਹੋਵੇ ਉਹਨੂੰ ਉਹਦੀ ਪਰਫੈਕਸ਼ਨ ਦਾ ਕੋਈ ਕੋਈ ਬੀਟ ਨਹੀਂ ਕਰ ਸਕਦਾ ਉਹਦੀ ਪਰਫੈਕਸ਼ਨ ਜਦੋਂ ਖੇਤੀ ਕਰਦਾ ਆ ਰਿਹਾ ਤੇ ਉਸ ਨੂੰ ਸੁਪਰਵਾਈਜ਼ ਕਰਨ ਲਈ ਲੋਕ ਆ ਰਹੇ ਜਿਨ੍ਹਾਂ ਦਾ ਖੇਤੀ ਕਰਨਾ ਕੋਈ ਦੂਰ ਦਾ ਰਿਸ਼ਤਾ ਜਿਨ੍ਹਾਂ ਦਾ ਮਤਲਬ ਕੋਈ ਕੋਈ ਸੰਬੰਧ ਹੀ ਹੈ ਨਹੀਂ ਐਗਰੀਕਲਚਰ ਦੇ ਨਾਲ ਉਹ ਕੀ ਹੈ ਕੌਣ ਹੈ ਇਹ ਕਹਿੰਦੇ ਅਸੀਂ ਵਿਚੋਲੇ ਕੱਢ ਦਿੰਦੇ ਵਿੱਚੋਂ ਹਮ ਕਿਸਾਨ ਜਿਹੜਾ ਆੜ ਪਿਆ ਉਹ ਵਿਚੋਲਾ ਸੀ ਜੀ ਜੀ ਉਹ ਨਿਕਲਦਾ ਬਚੋਲੇ ਦੇ ਅਰਥ ਹੀ ਨਹੀਂ ਪਤਾ ਹੁੰਦਾ ਬਚੋਲੇ ਦੇ ਅਰਥ ਕੀ ਹੈ ਬਚੋਲਾ ਅਰਤੀਆ ਬਚੋਲਾ ਨਹੀਂ ਹੈ ਅਰਤੀਆ ਮਿਡਲ ਮੈਨ ਹੈ ਪ੍ਰੋਸੈਸ ਪਰਚੇਸ ਦੇ ਪ੍ਰੋਸੈਸ ਚ ਜੀ ਬਚੋਲਾ ਹੁੰਦਾ ਸੀ ਆਪਾਂ ਸਾਡੀ ਉਮਰ ਥੋੜੀ ਜ਼ਿਆਦਾ ਹੈ ਅਸੀਂ ਜ਼ਿਆਦਾ ਜਿਹੜੇ ਬਚੋਲੇ ਦੇਖੇ ਕੁਝ ਐਸੇ ਮੁਖ ਹੁੰਦੇ ਸੀ ਪੰਨਾ ਚੌਧਰੀ ਜਿਹੜੇ ਟਾਈਪ ਜਿਹੜੇ ਆ ਜਿਹੜੇ ਦੇਖਦੇ ਰਹਿੰਦੇ ਸੀ ਫਲਾਣੇ ਦੀ ਕੁੜੀ ਆ ਫਲਾਣੇ ਦਾ ਮੁੰਡਾ ਜਦੋਂ ਕਿਤੇ ਵਿਆਹ ਤੇ ਗਏ ਤੇ ਕਿ ਇਹਦਾ ਉਹਦੇ ਨਾਲ ਜੋੜ ਕਰਾਇਆ ਜਾ ਸਕਦਾ ਤੇ ਉਹ ਫਿਰ ਉਹਨਾਂ ਦੇ ਕਰਾਏ ਹੋਏ ਰਿਸ਼ਤੇ 95% ਸਫਲ ਹੁੰਦੇ ਸੀ ਸੋਸਾਇਟੀ ਦੇ ਚ ਉਹਨਾਂ ਦਾ ਇੱਕ ਪੋਜ਼ਿਟਿਵ ਰੋਲ ਬਸ ਬਹੁਤ ਵੱਡਾ ਰਿਸ਼ਤੇ ਨੂੰ ਜੋੜਨ ਚ ਤੇ ਕੁਝ ਨਹੀਂ ਸੀ ਲੰਦੇ ਉਹਨਾਂ ਨੂੰ ਕਿਤੇ ਕੋਈ ਕੰਬਲ ਮਿਲ ਗਿਆ ਜੀ ਮਤਲਬ ਕਿਤੇ ਉਹਨੂੰ ਕੋਈ ਵੀ ਆਉਂਦਾ ਸੀ ਤੁਰਨ ਗੁੱਠੀ ਵੀ ਪੈ ਜਾਂਦੀ ਸੀ ਕੋਈ ਇਸ ਤੋਂ ਵੱਧ ਉਹਨਾਂ ਦਾ ਕੁਝ ਨਹੀਂ ਸੀ ਕੋਈ ਇੰਟਰਸਟ ਨਹੀਂ ਸੀ ਉਹਨਾਂ ਦਾ ਤੇ ਉਹ ਇਹ ਕਰਦੇ ਸੀ ਸਮਾਜ ਦੇ ਅੰਦਰ ਕੰਮ ਉਹ ਵਿਚੋਲੇ ਹੁੰਦੇ ਸੀ ਇਹਨਾਂ ਨੂੰ ਵਿਚੋਲੇ ਦਾ ਅਰਥ ਨਹੀਂ ਪਤਾ ਅੜਤੀ ਨੂੰ ਵਿਚੋਲਾ ਕਹੀ ਜਾਂਦੀ ਵੀ ਅਸੀਂ ਵਿਚੋਲੀਆਂ ਘਟ ਰਿਹਾ ਮਤਲਬ ਅਰਤੀ ਜਿਹੜਾ ਇਹਦੇ ਚ ਮਾਈਨਸ ਕਰਦੇ ਉਹਨਾਂ ਨੇ ਇੱਕ ਵਿਚੋਲਾ ਕੱਢ ਕੇ ਜਦੋਂ ਪੜਦੇ ਹੋਂ ਉਹਨਾਂ ਨੂੰ ਪੰਜ ਵਿਚੋਲੇ ਪਾਉਂਦੇ ਹੈ। ਪਹਿਲਾ ਫਸਟ ਵਿਚੋਲਾ ਲੰਭਾਇਆ ਐਗਰੀਗੇਟਰ ਕਹਿੰਦੇ ਉਹਨੂੰ। ਐਗਰੀਗੇਟਰ ਹੁੰਦਾ ਹੈ ਕਿ ਜਿਹੜਾ ਇਕੱਠੇ ਕਰਦਾ ਦੋਤੀਆਂ ਨੂੰ। ਜੀ ਕਿਸਾਨ ਕੋਲੇ ਜਾਊਗਾ ਤੇਰੀ ਦੋ ਕਿਲੇ ਲੈਂਦਾ ਤੇਰੀ ਤਿੰਨ ਹੈ ਤੇਰੀ ਪੰਜ ਹੈ ਤੇਰਾ ਤੇਰੀ ਇੰਨੀ ਹੈ ਉਹਨਾਂ ਨੂੰ ਇਕੱਠੇ ਕਰਕੇ ਸਪੌਂਸਰ ਨਾਲ ਮਿਲਾਉਗਾ ਸਪੌਂਸਰ ਨਾਲ ਜੋੜੂਗਾ ਤੇ ਉਹਦੇ ਚ ਉਹਨੇ ਆਪਣੀ ਦਲਾਲੀ ਲੈਣੀ ਹੈ। ਉਹ ਦਲਾਲ ਜਿਹੜੇ ਪੰਜ ਪਾਏ ਹੈ ਉਹਨਾਂ ਨੇ। ਫਿਰ ਦੂਜਾ ਦਲਾਲ ਜਿਹੜਾ ਹੈ ਦੇ ਅੰਦਰ ਥਰਡ ਪਾਰਟੀ ਆ ਥਰਡ ਪਾਰਟੀ ਦਾ ਰੋਲ ਉਹਨੇ ਡਿਫਾਈਨ ਨਹੀਂ ਕੀਤਾ ਕਿ ਥਰਡ ਪਾਰਟੀ ਕੀ ਕਰੂਗੀ ਜਿਹੜੇ ਕੰਮ ਰਹਿ ਗਏ ਉਹ ਸਾਰੇ ਥਰਡ ਪਾਰਟੀ ਨੇ ਕਰਨੇ ਆ ਜਿਹੜੇ ਵੀ ਕੰਮ ਉਹਦੇ ਲਈ ਖੁੱਲਾ ਛੱਡਦਾ ਵੀ ਅਸੀਂ ਇਹ ਤੋਂ ਕੁਝ ਵੀ ਲੈ ਲਾਂਗੇ ਉਹ ਇੱਕ ਦਲਾਲ ਆ ਥਰਡ ਪਾਰਟੀ ਇਸ ਅਗਰੀਮੈਂਟ ਦੇ ਅੰਦਰ ਤੀਜਾ ਦਲਾਲ ਹੈ ਜਿਹੰਦਰ ਅਸੇਰ ਕਹਿੰਦੇ ਉਹਨੂੰ ਜੀ ਅਸੇਰ ਹੁੰਦਾ ਕੁਆਲਿਟੀ ਕੰਟਰੋਲ ਕਰਨ ਵਾਲਾ ਜੀ ਉਸਨੇ ਕੀ ਉਸਨੇ ਕੀ ਕਰਨਾ ਹੈ ਉਸਨੇ ਕਿਸਾਨ ਦੀ ਜਦੋਂ ਖੇਤ ਵਾਉਣਾ ਉਹਨੇ ਉਦੋਂ ਹੀ ਆ ਦੇਣਾ ਉਹਨੂੰ ਸੁਪਰਵਾਈਜ਼ ਕਰ ਮਤਲਬ ਕਿਹੜੀ ਖਾਦ ਪਾਉਣੀ ਹੈ ਕਿਹੜਾ ਬੀਜ ਪਾਉਣਾ ਕਿਹੜਾ ਮਤਲਬ ਜਿਹੜਾ ਪੈਸਟੀਸਾਈਡ ਪਾਉਣੇ ਆ ਉਹ ਸਾਰੀ ਉਹਨੇ ਉਹਨੇ ਡਿਟਰਮਨ ਕਰਨਾ ਕਾਰਪੋਰੇਟ ਨੇ ਇਹ ਲੈ ਲਿਆ ਇਸ ਤੋਂ ਅੱਗੇ ਚਲੇ ਗਏ ਹੋ ਐਡਵਾਈਸ ਵੀ ਆਪਣੇ ਕੋਲ ਲੈ ਲਈ ਵੀ ਇਸ ਬਾਰੇ ਐਡਵਾਈਸ ਵੀ ਅਸੀਂ ਦਵਾਂਗੇ ਜਿਹੜਾ ਇਸ ਪੜਾਟਾ ਸਾਡੀਆਂ ਯੂਨੀਵਰਸਟੀਆਂ ਜਿਹੜੀਆਂ ਹਨ ਜੀ ਬੇਮਾਨਾ ਹੋ ਜਾਣਗੇ ਜਿਨ੍ਹਾਂ ਨੇ ਸਰਚ ਕਰਨੀ ਹੈ ਰਿਸਰਚ ਆਲ ਮਤਲਬ ਐਜੂਕੇਸ਼ਨ ਤੇ ਰਿਸਰਚ ਇਹਦੇ ਬਾਰੇ ਐਗਰੀਕਲਚਰ ਬਾਰੇ ਸਟੇਟ ਦਾ ਵਿਸ਼ਾ ਜੀ ਮਤਲਬ ਸਟੇਟ ਨੂੰ ਤਾਂ ਨੇ ਆਲਮੋਸਟ ਆਊਟਰ ਕਰਤਾ ਉਹਦੇ ਚੋਂ ਬਾਹਰੀ ਕੜਤਾ ਇਹ ਸਾਰੇ ਸਾਰੇ ਖੇਤੀ ਦੇ ਪ੍ਰਸੰਚ ਜਿਹੜਾ ਵਿਸ਼ਾ ਇਸਟੇਟ ਦਾ ਸੀ ਜੀ 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 ਬਿਲਕੁਲ ਅਸੀਂ ਅ ਨੇ ਮਤਲਬ ਇੱਕ ਉਹ ਕਿਸਾਨ ਨੂੰ ਉਹ ਸੁਪਰਵਾਈਜ਼ ਕਰਨਾ ਰਿਹਾ ਜਿਹਦੇ ਨਾਂ ਪਿਤਰਾ ਨੇ ਮਤਲਬ ਆਪ ਦਾਦੇ ਨੇ ਕਦੀ ਖੇਤੀ ਕੀਤੀ ਹੀ ਨਹੀਂ ਉਹ ਉਹ ਤੀਜਾ ਦਲਾਲ ਚੌਥਾ ਦਲਾਲ ਫਾਰਮ ਸਰਵਿਸ ਪ੍ਰੋਵਾਈਡਰ ਕੰਟਰਨ ਸਰਵਿਸ ਪ੍ਰੋਵਾਈਡਰ ਜਿਹਨੇ ਖੇਤੀ ਦੀਆਂ ਸਾਰੀਆਂ ਸਵਾਮਾਂ ਦੇਣੀਆਂ ਨੇ ਜਿਹਦੇ ਚ ਖਾਦ ਹੈ ਜਿਹਦੇ ਚ ਬੀਜ ਹੈ ਜਿਹਦੇ ਚ ਪੈਸਟੀਸਾਈਡਸ ਹੈ ਜਿਹਦੇ ਚ ਮਸ਼ੀਨਰੀ ਹੈ ਜਿਹਦੇ ਚ ਮਤਲਬ ਬਾਕੀ ਸਾਰੀਆਂ ਜਿਹੜੀਆਂ ਉਹਨਾਂ ਦੀ ਜ਼ਰੂਰਤਾਂ ਟੈਕਨੋਲੋਜੀ ਹੈ ਸਾਰੀ ਜਿਹੜੀ ਉਹਨੇ ਪ੍ਰੋਵਾਈਡ ਕਰਨੀ ਹੈ ਇਹਦਾ ਮਤਲਬ ਹੈ ਕਿ ਇਸ ਨਾਲ ਕੀ ਹੋਊਗਾ ਵਟ ਵਿਲ ਹੈਪਨ ਇਹਦੇ ਨਾਲ ਥੋੜਾ ਬੀਜਾਂ ਵਾਲਾ ਬੰਦਾ ਗਿਆ ਮਾਰਕੀਟ ਚ ਜਿਹੜਾ ਬੀਜ ਦਾ ਬੀਜਾਂ ਦਾ ਬਿਜ਼ਨਸ ਕਰ ਰਿਹਾ ਛੋਟੇ ਜਿਹੇ ਜਿਹੇ ਲੈਵਲ ਤੇ ਇਹਦੇ ਨਾਲ ਤੁਸੀਂ ਖਾਦਾਂ ਵਾਲਾ ਗਿਆ ਜੀ ਇਹਦੇ ਨਾਲ ਥੋੜਾ ਜਿਹੜਾ ਤੀਜਾ ਜਿਹੜਾ ਉਹਦੇ ਵਾਲਾ ਪੈਸਟੀਸਾਈਡ ਵਾਲਾ ਜੀ ਇਹ ਨਾਲ ਥੋੜਾ ਮਸ਼ੀਨਰੀ ਵਾਲਾ ਗਿਆ ਜਿਹੜਾ ਜਿਹੜਾ ਦੁਕਾਨਦਾਰ ਦੁਕਾਨਦਾਰ ਨਹੀਂ ਥੋੜਾ ਜਿਹਾ ਵੱਡੇ ਲੱਗਦਾ ਜਿਹੜਾ ਟਰੈਕਟਰ ਵਗੈਰਾ ਵੇਚਦਾ ਉਹ ਸਾਰੀਆਂ ਸਰਵਿਸਿਜ਼ ਕਾਰਪੋਰੇਟ ਨੇ ਕੀਤਾ ਸੀ ਜਿਹੜੀ ਚੀਜ਼ ਜਾਣੀ ਹੈ ਕਾਰਪੋਰੇਟ ਨੇ ਦੇਣੀ ਹੈ ਤੇ ਉਹਨਾਂ ਨੇ ਇੱਕ ਦਰਾਲ ਫਾਰਮ ਸਰਵਿਸ ਪ੍ਰੋਵਾਈਡਰ ਬਣਾ ਲਿਆ ਦਿੱਤਾ ਫਿਰ ਉਹ ਜਦੋਂ ਲੈ ਕੇ ਆਏ ਇਸ ਨੂੰ ਪੰਜਵਾਂ ਦਰਾਲ ਕੋਲੋਂ ਪੰਜਵਾਂ ਦਲਾ ਲਿਆ ਇਹਦੇ ਅੰਦਰ ਉਹਨਾਂ ਨੇ ਕਰ ਲਿਆ ਫਾਰਮ ਪ੍ਰੋਡਿਊਸਰ ਆਰਗੇਨਾਈਜੇਸ਼ਨ ਜੀ ਫਾਰਮ ਪ੍ਰੋਡਿਊਸਰ ਆਰਗੇਨਾਈਜੇਸ਼ਨ ਜਿਹੜੀ ਹੈ ਉਹ ਮਤਲਬ ਵੱਡੇ ਜਿਹੜੇ ਲੈਂਡਲੋਰਡ ਹੈ ਉਹਨਾਂ ਨੂੰ ਸ਼ਾਮਿਲ ਕਰਨਾ ਹੈ ਉਹਦੇ ਅੰਦਰ ਕਿਉਂਕਿ ਵੱਡੇ ਲੈਂਡਲੋਰਡ ਨੂੰ ਸ਼ਾਮਿਲ ਕਰਕੇ ਇਹਨਾਂ ਨੂੰ ਇਸ ਸਿਸਟਮ ਨੂੰ ਲਾਗੂ ਕਰਨਾ ਸੌਖਾ ਕਿਉਂਕਿ ਆਲਵੇਸ ਜਦੋਂ ਕੈਪਟਲਿਜ਼ਮ ਨੇ ਤਰੱਕੀ ਕੀਤੀ ਹੈ ਤਾਂ ਫਿਊਡਲਿਜ਼ਮ ਨੂੰ ਨੇ ਨਾਲ ਲਿਆ ਇੱਕ ਸਟੇਜ ਤੇ ਚਲੋ ਜਾ ਕੇ ਤਾਂ ਫਿਊਡਲ ਜਿਹੜੇ ਹੈ ਲੈਂਡਲੋਰਡ ਹੈ ਉਹਨਾਂ ਨੂੰ ਸ਼ਾਮਲ ਕਰਕੇ ਫਾਰਮ ਪ੍ਰੋਡਿਊਸਰਸ ਆਰਗੇਨਾਈਜੇਸ਼ਨ ਇੱਕ ਕੰਨਮਾ ਦਲਾਲ ਬਣਾ ਲਿਆ ਇਹਦੇ ਅੰਦਰ ਸਰ ਇੱਕ ਦਲਾਲ ਕੇ ਇੱਕ ਬਚੋਲਾ ਕੱਢ ਕੇ ਪੰਜ ਦਲਾਲ ਉਹਨਾਂ ਦੇ ਅੰਦਰ ਪੈਦਾ ਕਰਨ ਜਗਿੰਦਰ ਜੀ ਆਮ ਆਮ ਸੋ ਗਲੈਡ ਤੁਸੀਂ ਸਾਡੇ ਲਈ ਚੀਜ਼ ਇਸ ਤਰ੍ਹਾਂ ਐਕਸਪਲੇਨ ਕੀਤੀ ਹੈ ਬਿਕੋਜ਼ ਬਾਰ-ਬਾਰ ਸਾਨੂੰ ਇਹ ਸੁਣਨ ਨੂੰ ਮਿਲ ਰਿਹਾ ਹੈ ਅਗਰ ਆਪਾਂ ਗਵਰਨਮੈਂਟ ਦੀ ਮੈਸੇਜਿੰਗ ਦੀ ਗੱਲ ਕਰੀਏ ਕਿ ਦੇਖੋ ਜੀ ਆਰਟੀਆ ਕਿੰਨਾ ਲੋਕਾਂ ਦਾ ਫਾਇਦਾ ਚੁੱਕਦੇ ਸੀ ਉਹਨਾਂ ਨੂੰ ਆਪਾਂ ਕੱਢ ਰਿਹਾ ਇਹ ਚੰਗੀ ਚੀਜ਼ ਹੈ ਬਟ ਤੁਸੀਂ ਲੈਂਡਲੋਰਡ ਦੀ ਗੱਲ ਕੀਤੀ ਹੈ ਮੈਂ ਜ਼ਮੀਨ ਤੇ ਜ਼ਮੀਨ ਜੋ ਤੁਸੀਂ ਕਹਿ ਲਓ ਲੈਂਡ ਓਨਰਸ਼ਿਪ ਦੀ ਗੱਲ ਆਂਦੀ ਹੈ ਉਹਦੇ ਬਾਰੇ ਤੁਹਾਨੂੰ ਪੁੱਛਣਾ ਚਾਹਨੀ ਆ ਬ੍ਰੇਕ ਤੋਂ ਉਸ ਵਾਰ ਬ੍ਰੇਕ 1 ਮੂਡ ਹਾਜ਼ਰ ਹੋਇਆ ਗੱਲ ਹੋ ਰਹੀ ਹੈ फार्म ਬਿਲਸ ਦੇ ਖਾਸ ਕਰਕੇ ਦ ਫਾਰਮਰਸ ਇੰਪਾਵਰਮੈਂਟ ਐਂਡ ਪ੍ਰੋਟੈਕਸ਼ਨ ਐਗਰੀਮੈਂਟ ਔਨ ਪ੍ਰਾਈਸ ਅਸ਼ੋਰੈਂਸ ਜਿਸ ਨੂੰ ਅਤਨੂ ਦੱਸਿਆ ਸੀ ਇਸ ਬਿਲ ਨੂੰ ਲੈ ਕੇ ਬਰੀਕੀ ਦੀ ਥੋੜੀ ਜੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਇਹ ਜਾਣਕਾਰੀ ਤੇ ਇਹ ਐਕਸਪਲੇਨੇਸ਼ਨ ਸਾਨੂੰ ਦੇਣ ਲਈ ਸਾਨੂੰ ਜੁਆਇਨ ਕਰ ਰਿਹਾ ਹੈ ਸਾਡੇ ਇਸਟਿਮਡ ਗੈਸਟ ਸਰਦਾਰ ਜੋਗਿੰਦਰ ਸਿੰਘ ਜਿੰਦੂ ਜੀ ਇੰਡੀਆ ਤੋਂ ਸਾਡੇ ਨਾਲ ਜੁੜੇ ਹਨ ਐਡਵੋਕੇਟ ਡਿਸਟ੍ਰਿਕਟ ਕੋਰਟਸ ਪਟਿਆਲਾ ਜੋਗਿੰਦਰ ਜੀ ਇੱਕ ਵਾਰੀ ਫਿਰ ਤੁਹਾਡੇ ਪ੍ਰੋਗਰਾਮ ਦੇ ਵਿੱਚ ਸਵਾਗਤ ਸਤਿ ਸ਼੍ਰੀ ਅਕਾਲ ਜੋਗਿੰਦਰ ਜੀ ਤੁਸੀਂ ਸਾਨੂੰ ਇਹ ਜੋ ਇੰਪਾਵਰਮੈਂਟ ਐਂਡ ਪ੍ਰੋਟੈਕਸ਼ਨ ਐਕਟ ਹੈਗਾ ਇਦੇ ਬਾਰੇ ਦੱਸ ਰਹੀ ਸੀ ਕਿ ਜਿੱਥੇ ਲੋਕੀ ਬਾਰ ਬਾਰ ਚਰਚਾ ਕਰਦੇ ਕਿ ਜੋ ਇਸ ਬਿਲ ਦੇ ਤੁਸੀਂ ਕਹਿ ਲੋ ਸਪੋਰਟਰਸ ਹਨ ਜਾਂ ਗਵਰਨਮੈਂਟ ਸਰਕਾਰ ਵੱਲੋਂ ਜੋ ਮੈਸੇਜਿੰਗ ਸੁਣਨ ਨੂੰ ਮਿਲ ਰਹੀ ਹੈ ਕਿ ਦੇਖੋ ਜੀ ਤੁਸੀਂ ਆਰਤੀਏ ਨੂੰ ਕੱਢ ਕੇ ਚੰਗਾ ਕੰਮ ਕਰ ਰਹੇ ਹੋ ਪਰ ਜਿਸ ਤਰ੍ਹਾਂ ਤੁਸੀਂ ਸਾਨੂੰ ਦੱਸਿਆ ਕਿ ਇੱਕ ਥਾਂ ਇੱਕ ਆਰਤੀਏ ਨੂੰ ਕੱਢ ਕੇ ਤੁਸੀਂ ਪੰਜ ਦਲਾਲ ਵਿੱਚ ਫਸਾਰੇ ਹੋ ਸੋ ਇਹ ਡੈਫੀਨਿਟਲੀ ਕਿਸਾਨਾਂ ਦੇ ਹੱਕ ਦੇ ਵਿੱਚ ਕੋਈ ਗੱਲ ਨਹੀਂ ਹੈਗੀ ਬਟ ਹੁਣ ਗੱਲ ਹੋ ਰਹੀ ਹੈ ਜ਼ਮੀਨ ਦੀ ਤੇ ਕਿਸ ਤਰ੍ਹਾਂ ਇਹ ਜੋ ਐਗਰੀਕਲਚਰ ਬਿਜ਼ਨਸ ਫਰਮਸ ਹਨ ਜੋ ਵੱਡੇ ਕਾਰਪੋਰੇਟਸ ਜਿਨ੍ਹਾਂ ਦੀ ਗੱਲ بار بار ਸਾਨੂੰ ਸੁਣਨ ਨੂੰ ਮਿਲ ਰਹੀ ਹੈ ਇਹਨਾਂ ਦਾ ਲੈਂਡ ਓਨਰਸ਼ਿਪ ਦੇ ਨਾਲ ਕੀ ਸੰਬੰਧਨt ਹੈਗਾ ਗਵਰਨਮੈਂਟ ਵੱਲੋਂ ਸਰਕਾਰ ਵੱਲੋਂ ਸਾਨੂੰ ਸੁਣਨ ਨੂੰ ਮਿਲ ਰਿਹਾ ਕਿ ਦੇਖੋ ਜੀ ਆ ਸਾਡੇ ਵੱਲੋਂ ਬਿਲਕੁਲ ਪ੍ਰੋਹੀਬਿਟਿਡ ਹੈਗੀ ਕਿ ਇਹ ਜੋ ਐਗਰੀ ਬਿਜ਼ਨਸ ਫਰਮਜ਼ ਹਨ ਇਹਨਾਂ ਨੂੰ ਕਿਸੇ ਵੀ ਤਰ੍ਹਾਂ ਦਾ ਜ਼ਰੀਆ ਮਿਲੂਗਾ ਕਿਸੇ ਕਿਸਾਨ ਦੀ ਜ਼ਮੀਨ ਨੂੰ ਲੈਣ ਦਾ ਆ ਐਕਟ ਦੇ ਵਿੱਚ ਲਿਕੇਨ ਕਿਉਂਕਿ ਤੁਸੀਂ ਇਨ ਬਿੱਲਾਂ ਨੂੰ ਪੜਿਆ ਹੋਇਆ ਹੈ ਤੁਸੀਂ ਆਰਡੀਨੈਂਸਸ ਨੂੰ ਵੀ ਪੜਿਆ ਸੀ ਤੁਸੀਂ ਐਕਟ ਨੂੰ ਵੀ ਪੜਿਆ ਹੈ ਬਰੀਕੀ ਦੇ ਨਾਲ ਧਿਆਨ ਨਾਲ ਪੜਿਆ ਤੁਹਾਨੂੰ ਪਤਾ ਹੈ ਕਿ ਕੀ ਐਕਚੁਅਲੀ ਲਿਖਿਆ ਹੋਇਆ ਹੈ ਇਨ ਬਿਲਸ ਦੇ ਵਿੱਚ ਤੇ ਜਿੱਥੇ ਪ੍ਰੋਵੀਜ਼ਨਸ ਆਉਂਦੇ ਹੈ ਇਸ ਲੈਂਡ ਓਨਰਸ਼ਿਪ ਨੂੰ ਲੈ ਕੇ ਕੀ ਐਕਚੁਅਲੀ ਬਿਲ ਵਿੱਚ ਲਿਖਿਆ ਹੋਇਆ ਹੈ ਕਿ ਕਿਸ ਤਰ੍ਹਾਂ ਇਹ ਜੋ ਐਗਰੀਕਲਚਰ ਬਿਜ਼ਨਸ ਫਰਮਸ ਹਨ ਕਿਸੇ ਕਿਸਾਨ ਦਾ ਲੈਂਡ ਲੈ ਸਕਦੀ ਹੈ ਐਂਡ ਇਸ ਚੀਜ਼ ਦੇ ਪ੍ਰੋਵੀਜ਼ਨਸ ਭਾਵੇਂ ਸਰਕਾਰ ਸਾਨੂੰ ਅੱਜ ਕੁਝ ਵੀ ਕਹਿ ਦੇ ਸ਼ਾਰਟ ਟਰਮ ਐਂਡ ਲੌਂਗ ਟਰਮ ਬਿਲ ਦੇ ਵਿੱਚ ਕੀ ਲਿਖਿਆ ਹੋਇਆ ਹੈ ਹਮ ਇਹਦੇ ਚ ਅਸ਼ਮਿਤਾ ਜੀ ਜਿਹੜਾ ਬਿਲ ਹੈ ਉਹਦੇ ਅੰਦਰ ਉਹਨਾਂ ਨੇ ਇੱਕ ਦਰਜ ਕੀਤਾ ਹੋਇਆ ਮਦਪੂਰੀ ਆਪਣੇ ਆਪ ਚ ਦੋ ਦੇ ਪਾਟਾਂ ਦੋ ਪਾਰਟ ਨੇ ਦਰਜ ਕੀਤਾ ਹੋਇਆ ਕਿ ਇਸ ਐਕਟ ਦੇ ਤਹਿਤ ਜਿਹੜਾ ਐਗਰੀਮੈਂਟ ਐਕਟ ਹੈ ਲੈਂਡ ਦੀ ਜਿਹੜੀ ਯੂਨੀਵਰਸਿਟੀਲ ਟਰਸਟ ਨਹੀਂ ਹੋਗੀ ਲੈਂਡ ਲੀਜ਼ ਨਹੀਂ ਕੀਤੀ ਜਾਊਗੀ ਮੌਰਗੇਜ ਨਹੀਂ ਕੀਤੀ ਜਾਊਗੀ ਤਿੰਨ ਚੀਜ਼ਾਂ ਉਹਨਾਂ ਨੇ ਕਹਤੀਆਂ ਕਿ ਇਹ ਤਿੰਨੇ ਚੀਜ਼ਾਂ ਨਹੀਂ ਹੋਣੀਆਂ ਇਸ ਐਕਟ ਦੇ ਤਹਿਤ ਜਿਹੜਾ ਐਗਰੀਮੈਂਟ ਦਾ ਐਕਟ ਹੈ ਦੇਖਣ ਨੂੰ ਬੜਾ ਪੈਰਾ ਲੱਗਦਾ ਇਹਦੇ ਤੇ ਟੱਪਲਾ ਵੀ ਲੱਗ ਰਿਹਾ ਵੱਡੇ ਵੱਡੇ ਲੱਗ ਰਿਹਾ ਵੱਡੇ ਬੁੱਧੀਜੀਵੀ ਸੰਡੇ ਅਨਫਰਚਨਟਲੀ ਟੱਪਲਾ ਹੈ ਇਸ ਇਸ ਵਿਸ਼ੇ ਤੇ ਸਰਦਾਰ ਸਿੰਘ ਜਹਲ ਜਿਹੜੇ ਐਗਰੀਕਲਚਰ ਅਰਥਸ਼ਾਸਤਰੀ ਰਹੇ ਹੈ ਜਿਨ੍ਹਾਂ ਦੀ ਕੰਟਰੀਬਿਊਸ਼ਨ ਹੈ ਸਟੇਟ ਦੀ ਮਤਲਬ ਅਰਥਚਾਰੇ ਨੂੰ ਐਗਰੀਕਲਚਰ ਨੂੰ ਕਾਫੀ ਮੈਂ ਉਹਨਾਂ ਬਾਰੇ ਕੋਈ ਕੋਈ ਵੀ ਇਸ ਤਰ੍ਹਾਂ ਦਾ ਤਹਿਜ਼ੀਬ ਨਾਲੀ ਗੱਲ ਕਰਾਂਗਾ ਉਹ ਵੀ ਇਹਨਾਂ ਬਿਲਾਂ ਦੀ ਸਪੋਰਟ ਕਰ ਰਿਹਾ ਤੇ ਨਾਲ ਹੀ ਉਹਨਾਂ ਨੇ ਇਹਦੇ ਬਾਰੇ ਜਿਹੜੀ ਗੱਲ ਤੁਸੀਂ ਕੀਤੀ ਹੈ ਬੜਾ ਅੱਛਾ ਕੁਐਸਚਨ ਆ ਤੁਹਾਡਾ ਤੁਸੀਂ ਮਤਲਬ ਐਨ ਜਿਵੇਂ ਹੁੰਦਾ ਨਾ ਕੋਈ ਨਿਸ਼ਾਨੇ ਤੇ ਤੀਰ ਮਾਰਨਾ ਉਸ ਤਰ੍ਹਾਂ ਕੀਤਾ ਤੇ ਉਹਦੇ ਚ ਉਹ ਉਹਨੇ ਵੀ ਕਹਿਤਾ ਕਿ ਕਿਸਾਨ ਨੂੰ ਇਸਕਲਰ ਕੀ ਖਤਰਾ ਉਦੋਂ ਉਹਨੇ ਜ਼ਮੀਨ ਤਾਂ ਉਹਦੀ ਕਿਤੇ ਵੀ ਨਹੀਂ ਜਾਂਦੀ ਜ਼ਮੀਨ ਤਾਂ ਉਹਦੀ ਜਿਹੜੀ ਹੈ ਉਹਨਾਂ ਨੇ ਐਕਟ ਦੇ ਅੰਦਰ ਕਹਿਤਾ ਕਿ ਇਹ ਨਹੀਂ ਹੋ ਸਕੂਗਾ ਓਨਰਸ਼ਿਪ ਨਹੀਂ ਟ੍ਰਾਂਸਫਰ ਹੋਣੀ ਲੀਜ਼ ਤੇ ਨਹੀਂ ਜਾਣੀ ਮਤਲਬ ਉਹ ਨਹੀਂ ਹੋਣੀ ਮੌਰਗੇਜ ਨਹੀਂ ਹੋਣੀ ਕਿੰਨੇ ਚੀਜ਼ਾਂ ਦੇ ਚ ਹੋਣੀਆਂ ਨਹੀਂ ਫਿਰ ਕਿਸਾਨ ਦੀ ਜ਼ਮੀਨ ਨੂੰ ਤਾਂ ਖਤਰਾ ਹੀ ਕੋਈ ਨਹੀਂ ਹੈ ਦੂਜੀ ਮਾਤੇ ਦੀ ਜਿਹੜੀ ਹੈ ਦੂਜੀ ਮਾਤੇ ਦੇ ਚ ਹੈ ਵੀ ਸਟਰਕਚਰ ਜੇ ਕੋਈ ਬਣਾ ਲੈਂਦਾ ਕਿਸਾਨ ਦੀ ਜ਼ਮੀਨ 'ਚ ਕਿਸੇ ਉਹਦੇ ਲਈ ਕੰਮ ਕਰਨ ਦੇ ਉਹ ਸਟਰਕਚਰ ਜਦੋਂ ਖਤਮ ਹੋਊਗਾ ਅਗਰੀਮੈਂਟ ਦਾ ਪੀਰੀਅਡ ਜਦੋਂ ਉਹਨੂੰ ਪਟਕੇ ਲਾਜੂਗਾ ਨਹੀਂ ਫਿਰ ਉਹ ਪਸੰਦੀ ਅਨਰਸ਼ਿਪ ਹੋ ਜਾਊਗੀ ਵੀ ਇਹ ਵੀ ਦੇਖੋ ਕਿੰਡੀ ਵੱਡੀ ਗੱਲ ਉਹਨੇ ਕਰ ਦਿੱਤੀ ਹੈ ਦੋਨੋਂ ਗੱਲਾਂ ਇਹ ਆਪਾਂ ਮਤਲਬ ਕੱਪੜੇ ਦੀ ਦੁਕਾਨ ਤੇ ਜਾਂਦੇ ਹਾਂ ਕੱਪੜੇ ਦੀ ਦੁਕਾਨ ਤੇ ਉੱਪਰਲੇ ਪਾਸੇ ਲਿਖਿਆ ਜਿ ਕੋਈ ਲਿਖ ਦਵੇ ਵੀ ਇੱਥੇ ਛਟਕਾ ਨਹੀਂ ਮਿਲਦਾ what does it mean ਕੱਪੜੇ ਵਾਲੀ ਦੁਕਾਨ ਤੇ ਛਟ ਛਟਕਾ ਤਾਂ ਕਿਸੇ ਹੋਰ ਪਾਸੇ ਮਿਲਦਾ ਜਾਂਪਾ ਜਾਣਾ ਹੈ ਇਲੈਕਟ੍ਰੋਨਿਕਸ ਤੇ ਉਹਦੇ ਤੇ ਦੁਕਾਨ ਤੇ ਕੋਈ ਲੈਣਾ ਉੱਥੇ ਉਹ ਲਿਖਦੇ ਇਥੇ ਮਿਰਚਾਂ ਨਹੀਂ ਵੇਚੀ ਜਾਂਦੀ। ਮਤਲਬ ਇਸ ਤਰ੍ਹਾਂ ਦੀ ਮੱਦ ਹੈ। ਜਿਹੜੀ ਜਿਹੜੀ ਦਾ ਕੋਈ ਤੱਲਕ ਹੀ ਨਹੀਂ ਹੈ ਇਸ ਗੱਲ ਦੇ ਨਾਲ ਲੈਬੋਰੀ ਜਾਂਦੇ ਆ। ਲੈਬੋਰੀ 'ਚ ਲਿਖਿਆ ਹੁੰਦਾ ਵੀ ਇੱਥੇ ਲਿੰਗ ਨਿਰਧਾਰਨ ਟੈਸਟ ਨਹੀਂ ਕੀਤਾ ਜਾਂਦਾ। ਉਹ ਕੀਤਾ ਹੀ ਨਹੀਂ ਜਾਂਦਾ। ਤੁਹਾਨੂੰ ਲਿਖਣ ਦੀ ਕੀ ਲੋੜ ਪੈਗੀ? ਕੋਈ ਇਹ ਲਿਖੂਗਾ ਵੀ ਕਿਸੇ ਕਿਸੇ ਸਟੋਰ ਤੇ ਵੀ ਇੱਥੇ ਇਹ ਚੀਜ਼ਾਂ ਨਹੀਂ ਵਿਕਦੀਆਂ। ਮਤਲਬ ਲਿਖਣਾ ਤਾਂ ਉਹ ਹੁੰਦਾ ਹੈ ਨਾ ਕਿ ਜੋ ਕੁਝ ਮਿਲਦਾ ਹੈ ਇੱਥੇ ਉਹ ਲਿਖਣਾ ਇਸ ਤਰ੍ਹਾਂ ਨਹੀਂ ਮੱਤ ਹੈ। ਜਿਹੜੀ ਹੈ ਟ੍ਰਾਂਸਫਰ ਆਫ ਪ੍ਰੋਪਰਟੀ ਐਕਟ ਆਕਟ ਜ਼ਮੀਨ ਦੀ ਓਨਰਸ਼ਿਪ ਟ੍ਰਾਂਸਫਰ ਟ੍ਰਾਂਸਫਰ ਕਰਨ ਲਈ ਤੇ ਟ੍ਰਾਂਸਫਰ ਆਫ ਪ੍ਰੋਪਰਟੀ ਐਕਟ ਦੇ ਤਹਿਤ ਕੋਈ ਇਹ ਨਹੀਂ ਲੈ ਕੋਈ ਜ਼ਮੀਨ ਨਹੀਂ ਲੈ ਪਾਊਗਾ ਕਿਤੇ ਵੀ ਮਦ ਨਹੀਂ ਹੈ ਕਿਤੇ ਵੀ ਨੋਵੇਅ ਉਹਨਾਂ ਨੇ ਜ਼ਮੀਨ ਟ੍ਰਾਂਸਫਰ ਕਰ ਰਹੀ ਹੈ ਟ੍ਰਾਂਸਫਰ ਆਫ ਪ੍ਰੋਪਰਟੀ ਐਕਟ ਦੇ ਤਾ ਇਹ ਐਕਟ ਹੀ ਟ੍ਰਾਂਸਫਰ ਕਰਨ ਦਾ ਹੈ ਨਹੀਂ ਐਗਰੀਮੈਂਟ ਦਾ ਐਕਟ ਅੱਛਾ ਜੀ ਜੇ ਤੁਸੀਂ ਇਹਨੂੰ ਕੱਢ ਦਿਓ ਫਿਰ ਵੀ ਇਹਦਾ ਕੋਈ ਮਾਨਾ ਨਹੀਂ ਹੈ ਤਾਂ ਵੀ ਤਾਂ ਵੀ ਇਕੁਅਲ ਹੈ ਫੂਟਿੰਗ ਇਹ ਇਹਨਾਂ ਇਹ ਉਹਨਾਂ ਨੇ ਬੜੀ ਚਮਕਾ ਕੇ ਪਾਈਆਂ ਕਿਉਂਕਿ ਇੱਕ ਬੇਸਿਕ ਹੁੰਦਾ ਨਾ ਵੀ ਜਦੋਂ ਤੁਸੀਂ ਕਿਸੇ ਨੂੰ ਪੰਬਲ ਪੁੱਸੇ ਚ ਪਾਉਣਾ ਤਾਂ ਉਸ ਨੂੰ ਇਸ ਤਰ੍ਹਾਂ ਦੇ ਜਿਹੜੇ ਚੰਨੋ ਦਿਖਾਓ ਸ਼ਬਦ ਇਸ ਤਰ੍ਹਾਂ ਦੀਆਂ ਮੱਦਾਂ ਜਿਨ੍ਹਾਂ ਦਾ ਮੈਨਾ ਕੋਈ ਨਹੀਂ ਪਰ ਉਹ ਪੰਬਲ ਪੁੱਸੇ ਚ ਪਾਉਂਦੀ ਹੁਣ ਜੀ ਇਸ ਕਰਕੇ ਵੱਡੇ ਵੱਡੇ ਇਹਦੇ ਤੇ ਪੰਬਲ ਪੁੱਸੇ ਚ ਪਏ ਆ ਦੂਜਾ ਜਿਹੜਾ ਉਹ ਕਹਿੰਦੇ ਆ ਸੌਰੀ ਜਿਹੜਾ ਉਹ ਕਹਿੰਦੇ ਆ ਕਿ ਸਟਰਕਚਰ ਜੇ ਕੋਈ ਬਣਾ ਲੈਂਦਾ ਹੈ ਕੌ ਕਿਸਾਂ ਦਾ ਉਹ ਸਟਰਕਚਰ ਹੋ ਜਦੋਂ ਉਹ ਚ ਪਟਕੇ ਲੈ ਜਾਊਗਾ ਜਾਂ ਫਿਰ ਉਹ ਕਿਸਾਨ ਦੀ ਮਲਕੀਤ ਬਣ ਜਾਂਦੀ ਹੈ ਇਹ ਨਾ ਲਿਖਣਾ ਇਹ ਮੇਰੇ ਤੁਸੀਂ ਆਉਣੇ ਹੋ ਮੇਰੇ ਖੇਤ ਚ ਘਰ ਬਣਾ ਲੈਣਾ ਵੀ ਮੈਂ ਇੱਥੇ ਰਹਿਣ ਲਈ ਘਰ ਬਣਾਉਣਾ ਉਹਨੋਂ ਸੀ ਮੇਰੀ ਹੈ ਤੁਸੀਂ ਜਾਓਗੇ ਮਤਲਬ ਜਦੋਂ ਉਹ ਪਟਕੇ ਲੈ ਜਾਊਗਾ ਸਾਰੇ ਆਪਣੇ ਸਮਾਨ ਨੂੰ ਜਿਹੜਾ ਟੈਂਪਰੀ ਬਣਾਉ ਉਹ ਹੋਊਗਾ ਜਦ ਬਰਮੈਂਟ ਸਟਰਕਚਰ ਹੋਊਗਾ ਜਾ ਫਿਰ ਕੁਦਰਤੀ ਤੌਰ ਤੇ ਮੇਰੀ ਮਲਕੀਤ ਰਹਿ ਜਾਣੀ ਹੈ ਜੋ ਨਾਂ ਲਿਖਦੇ ਇਹਨੂੰ ਉਹਦੇ ਨਾਲ ਕੀ ਫਰ ਪੈਂਦਾ ਮੇਰੇ ਘਰ ਚ ਮੇਰੀ ਜ਼ਮੀਨ ਤੇ ਜਿਹੜੀ ਲੈਂਡ ਦੀ ਓਨਰਸ਼ਿਪ ਮੇਰੇ ਕੋਲ ਹੈ ਲੈਂਡ ਦਾ ਰਿਕਾਰਡ ਮੇਰੇ ਨਾਂ ਬੋਲਦਾ ਹੈ ਉਹਦੇ ਅੰਦਰ ਕਿਸੇ ਦਾ ਬਣਾਇਆ ਹੋਇਆ ਸਟਰਕਚਰ ਕਿਵੇਂ ਉਹਦਾ ਹੋ ਸਕਦਾ ਇਸ ਮੱਦ ਦਾ ਕੋਈ ਮਾਨਾ ਨਹੀਂ ਹੈ ਬਿਲਕੁਲ ਵੀ ਇਟਸ ਜਸਟ ਇੱਕ ਮਤਲਬ ਕਨਫਿਊਜ਼ ਕਰਨ ਲਈ ਕਿਸਾਨ ਨੂੰ ਬੇਕੂ ਬਣਾਉਣ ਲਈ ਭਾਈ ਗੀ ਮਾਤੇ ਐਂਡ ਆਈ ਥਿੰਕ ਇਸ ਮੋਟਿਵ ਦੇ ਵਿੱਚ ਉਹ ਬਿਲਕੁਲ ਸਕਸੈਸਫੁਲ ਹਨ बिकॉज ਇਹ ਕਨਫਿਊਜ਼ਨ ਕ੍ਰੀਏਟ ਕਰ ਰਿਹਾ ਲੋਕਾਂ ਦੇ ਵਿੱਚ ਜਦੋਂ ਤੁਸੀਂ ਦੂਜੇ ਪਾਸੇ ਦੀ ਗੱਲ ਸੁਣਦੇ ਹੋ ਐਗਜ਼ੈਕਟਲੀ ਇਹੀ ਆਰਗੂਮੈਂਟ ਸੁਣਨ ਨੂੰ ਮਿਲਦਾ ਹੈ ਬਟ ਸਰ ਤੁਸੀਂ ਬਹੁਤ ਹੀ ਪਰਫੈਕਟ ਤਰੀਕੇ ਨਾਲ ਮੇਰੇ ਅਗਲੇ ਕੁਐਸਚਨ ਤੇ ਆ ਰਹੇ ਹੋ ਕਿਸੇ ਦੀ ਜ਼ਮੀਨ ਤੇ ਕੋਈ ਹੋਰ ਆ ਕੇ ਕੋਈ ਕੋਈ ਵੀ ਢਾਂਚਾ ਬਣਾ ਲੈਂਦਾ ਹੈ ਉੱਥੇ ਰਹਿਣ ਲੱਗ ਜਾਂਦੇ ਆ ਇਸ ਬਿਲ ਦੇ ਮੁਤਾਬਿਕ ਲੈਟਸ ਸੇ ਕੋਈ ਡਿਸਪਿਊਟ ਆਂਦੀ ਹੈ ਠੀਕ ਹੈ ਜੀ ਮੇਰੀ ਜ਼ਮੀਨ ਤੁਹਾਡਾ ਢਾਂਚਾ ਸਾਡੇ ਵਿੱਚ ਕੋਈ ਡਿਸਪਿਊਟ ਆ ਗਈ ਇਸ ਬਿਲ ਦੇ ਮੁਤਾਬਿਕ ਕਿਸ ਤਰ੍ਹਾਂ ਦੀ ਡਿਸਪਿਊਟ ਰੈਜ਼ੋਲੂਸ਼ਨ ਸਹੂਲਤਾਂ ਦਿੱਤੀਆਂ ਗਈਆਂ ਖਾਸ ਕਰਕੇ ਕਿਸਾਨਾਂ ਨੂੰ ਆਮ ਕੋਈ ਉਹ ਕੋਰਟ ਜਾਂ ਸਿਵਲ ਕੋਰਟ ਤੇ ਜਾ ਕੇ ਕਿਸੇ ਵਕੀਲ ਜਾਂ ਜੱਜ ਦੇ ਅੱਗੇ ਜਾ ਕੇ ਆਪਣਾ ਕੇਸ ਸੁਨਵਾ ਸਕਦੇ ਆ ਕੀ ਉਹਨਾਂ ਦੇ ਕੋਲ ਸਹੂਲਤਾਂ ਹੈਗੀਆਂ ਲੀਗਲ ਤੌਰ ਤੇ ਇਹ ਬੜਾ ਅੱਛਾ ਕੁਐਸਚਨ ਹੈ ਤੁਹਾਡਾ ਜਿਹੜਾ ਕੁਐਸਚਨ ਰਿਪੀਟਡਲੀ ਆ ਰਿਹਾ ਹੈ ਉਦੋਂ ਜੇ ਉਹਨਾਂ ਨੇ ਮਤਲਬ ਜਿਹੜਾ ਇਹਦੇ ਚ ਪਤਾ ਸਿਵਲ ਕੋਰਟ ਦੀ ਜੂਡਿਕਸ਼ਨ ਬਾਰ ਕਰਦੀ ਹੈ ਕਿ ਤੁਸੀਂ ਥੋੜਾ ਕੋਈ ਵੀ ਡਿਸਪਿਊਟ ਹੈ ਤੁਸੀਂ ਸਿਵਲ ਕੋਰਟ ਨਹੀਂ ਜਾ ਸਕਦੇ ਸਿਵਲ ਕੋਰਟ ਦੀ ਜੂਡਿਕਸ਼ਨ ਤੇ پابੰਦੀ ਹੈ ਸਿਵਲ ਕੋਰਟ ਤੁਹਾਡੀ ਕੋਈ ਗੱਲ ਸੁਣੂਗੀ ਨਹੀਂ ਸੁਣੂਗੀ ਨਹੀਂ ਕਿਉਂਕਿ ਐਕਟ ਦੇ ਅੰਦਰ ਪ੍ਰੋਵਾਈਡਡ ਕਰਤਾ ਕਿ ਜੂਡਿਕਸ਼ਨ ਹੈ ਨਹੀਂ ਸਿਵਲ ਕੋਰਟ ਦਾ ਅਧਿਕਾਰ ਕਿੱਥੇ ਹੈ ਨਹੀਂ ਉਹਨਾਂ ਨੇ ਇਹਦੇ ਅੰਦਰ ਇੱਕ ਡਿਸਪਿਊਟ ਰੈਜ਼ੋਲੂਸ਼ਨ ਦੀ ਮੈਕਨਿਜ਼ਮਰੀ ਬਣਾਈ ਹੈ ਜੀ ਡਿਸਪਿਊਟ ਰੈਜ਼ੋਲੂਸ਼ਨ ਦੀ ਮੈਕਨਿਜ਼ਮਰੀ ਐਸ ਡੀ ਐਮ ਤੇ ਡੀ ਸੀ ਦੋਨੋਂ ਐਸ ਡੀ ਐਮ ਕੋ ਕੰਸੀਲੀਏਸ਼ਨ ਬੋਰਡ ਬਣਾਊਗਾ ਪਹਿਲਾਂ ਜੇ ਉਹਦੇ ਸਮਝੌਤਾ ਨਹੀਂ ਹੁੰਦਾ ਫਿਰ ਐਸਟੀਐਮ ਫੈਸਲਾ ਕਰੂਗਾ ਜੇ ਐਸਡੀਐਮ ਦੇ ਫੈਸਲੇ ਦੇ ਖਿਲਾਫ ਤੁਸੀਂ ਸਹਿਮਤ ਨਹੀਂ ਉਹਦੇ ਨਾਲ ਤਾਂ ਤੁਸੀਂ ਡਿਪਟੀ ਕਮਿਸ਼ਨਰ ਕੋਲ ਅਪੀਲ ਚ ਜਾਓਗੇ ਉਸ ਤੋਂ ਉੱਥੇ ਗੱਲ ਮੁੱਕ ਜਾਂਦੀ ਹੈ ਜੇ ਤੁਸੀਂ ਡਿਪਟੀ ਕਮਿਸ਼ਨਰ ਦੇ ਫੈਸਲੇ ਨਾਲ ਵੀ ਸਹਿਮਤ ਨਹੀਂ ਤਾਂ ਤੁਹਾਡੇ ਕੋਲ ਕੋਈ ਰਾਹ ਨਹੀਂ ਹੈ ਨੋ ਨੋ ਤੁਸੀਂ ਸਿਵਲ ਕੋਰਟ ਨਹੀਂ ਜਾ ਨਹੀਂ ਸਕਦੇ ਐਸਡੀਐਮ ਜੋ ਮਰਜੀ ਫੈਸਲਾ ਕਰ ਦੇ ਜੇ ਤੁਸੀਂ ਚਾਹੋ ਵੀ ਐਸਡੀਐਮ ਦਾ ਫੈਸਲਾ ਇਨਾ ਭੜਾ ਹੈ ਜਿਹੜਾ ਇਲੀਗਲ ਹੈ ਸਿਵਲ ਕੋਰਟ ਦੇ ਅੱਗੇ ਤੁਹਾਡੇ ਲਈ ਬੰਦ ਹੈ ਜੇ ਡੀਸੀ ਦੇ ਫੈਸਲੇ ਦੇ ਕਹਦੇ ਡੀਸੀ ਇਸ ਤਰ੍ਹਾਂ ਦਾ ਫੈਸਲਾ ਕਰ ਦਵੇ ਜਿਹਦਾ ਲਾਅ ਨਾਲ ਕੋਈ ਦੂਰ ਦਾ ਵੀ ਰਿਸ਼ਤਾ ਨਹੀਂ ਹੈ ਉਹ ਸਿਵਲ ਕੋਰਟ ਦੇ ਦਰਵਾਜ਼ੇ ਤੁਹਾਡੇ ਲਈ ਬੰਦ ਹੈ ਦੋਨੋਂ ਇਨ ਬਹੁਤ ਦੀ ਸਿਚੁਏਸ਼ਨਸ ਸਿਵਲ ਕੋਰਟ ਤੋਂ ਬਾਹਰ ਲਾਤੀ ਐਸਡੀਐਮ ਦੇ ਮੈਂ ਹੁਣ ਇੱਕ ਵਕੀਲ ਜਿਹੜੀ ਕੁਆਜ਼ੀ ਜੁਡੀਸ਼ੀਅਲ ਅਥਾਰਟिटीज ਹੈ ਕੋਰਟਾਂ ਦੇ ਕਿਸੇ ਹੋਰ ਤਰ੍ਹਾਂ ਫੈਸਲੇ ਹੁੰਦੇ ਹੈ ਕੁਆਜ਼ੀ ਜੁਡੀਸ਼ੀਅਲ ਅਥਾਰਟिटीज ਦੇ ਫੈਸਲੇ ਹੋਰ ਤਰ੍ਹਾਂ ਹੁੰਦੇ ਹੈ ਜੀ ਕੁਆਜ਼ੀ ਜੁਡੀਸ਼ੀਅਲ ਅਥਾਰਟिटीज ਫੈਸਲਾ ਕਰਦੀਆਂ ਜਾਂ ਜਦੋਂ ਜਿਹਦਾ ਡੰਡਾ ਤਖੜਾ ਜੀ ਉਧਿਆ ਜੀ ਸਰ ਮੈਂ ਜਿਹੜਾ ਪੈਸੇ ਚੜ ਗਿਆ ਜੀ ਮੈਂ ਇਹੀ ਤਰ੍ਹਾਂ ਕਿਸਾਨ ਲਈ ਕਾਰਪੋਰੇਟ ਨਾਲ ਉਹਨਾਂ ਕੋਲ ਜਾ ਕੇ ਲੜਨਾ ਮਤਲਬ ਬਹੁਤ ਟਫ ਗੇਮ ਹੈ ਟਫ ਗੇਮ ਉਹ ਫੈਸਲੇ ਸਾਰੇ ਉਹਨਾਂ ਦੇ ਫੇਰ ਚੋਣੇ ਕਿਸਾਨ ਦੀ ਫੇਰ ਚ ਨਹੀਂ ਹੋਣੇ ਇਸ ਕਰਕੇ ਇੱਕ ਜਿਹੜਾ ਰਾਹ ਹੈ ਕਿਸਾਨ ਦਾ ਜੇ ਕਿਤੇ ਉਹਨੂੰ ਜਸਟਿਸ ਮਿਲਦੀ ਕੋਈ ਸੰਭਾਵਨਾ ਸੀ ਉਹ ਰੱਬ ਬੰਦ ਕਰ ਦਿੱਤਾ ਗਿਆ ਸੀ ਜੀ ਬਿਲਕੁਲ ਐਂਡ ਮੈਂ ਤੁਹਾਡੇ ਤੋਂ ਇਹ ਵੀ ਪੁੱਛਣਾ ਚਾਹੁੰਦੀ ਹਾਂ ਤੁਸੀਂ ਸਾਨੂੰ ਪਹਿਲੇ ਕੁਝ ਸੈਗਮੈਂਟਸ ਵਿੱਚ ਦੱਸਿਆ ਸੀ ਕਿ ਇਹ ਜੋ ਐਗਰੀਕਲਚਰ ਦਾ ਸੈਕਟਰ ਹੈਗਾ ਇਹ ਸਟੇਟਸ ਦੇ ਹੱਕ ਦੇ ਵਿੱਚ ਆਉਂਦਾ ਹੈ ਬਟ ਇਨ ਬਿੱਲਾ ਨੂੰ ਲੈ ਕੇ ਇਹ ਹੱਕ ਸਟੇਟ ਤੋਂ ਖੋਇਆ ਜਾ ਰਿਹਾ ਹੈ ਇਹਦੇ ਬਾਰੇ ਗੱਲ ਕਰਾਂਗੇ ਇੱਥੇ ਇੱਕ ਛੋਟੀ ਜਿਹੀ ਬ੍ਰੇਕ ਲਿਖਦੇ ਹਾਂ ਸਰ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਜੁੜੇ ਰਹੋ ਵੀਅਰਸ ਤੁਸੀਂ ਵੀ ਜੁੜੇ ਰਹੋ ਮਿਲਦੇ ਹਾਂ ਬ੍ਰੇਕ ਤੋਂ ਬਾਅਦ ਬ੍ਰੇਕ ਟੂ ਬਾਸ ਸਾਰਿਆਂ ਦਾ ਸਵਾਗਤ ਤੁਸੀਂ ਵੇਖ ਰਹੇ ਹੋ ਅੱਜ ਦਾ ਮੁੱਦਾ ਪ੍ਰੋਗਰਾਮ ਤੇ ਅੱਜ ਗੱਲ ਹੋ ਰਹੀ ਹੈ ਜਿੱਥੇ ਫਾਰਮਰਸ ਬਿਲਜ਼ ਐਗਰੀਕਲਚਰ ਬਿਲਜ਼ ਇੰਡੀਆ ਦੇ ਵਿੱਚ ਨਿਵਰਡੇ ਲੈਵਲ ਤੇ ਅੰਦੋਲਨ ਲੈ ਕੇ ਆਏ ਹਨ ਆਮ ਉਹਨਾਂ ਬਿਲਜ਼ ਨੂੰ ਸਮਝਣ ਦੀ ਕੋਸ਼ਿਸ਼ ਹੋ ਰਹੀ ਹੈ ਬਰੀਕੀ ਤੌਰ ਤੇ ਤਾਂ ਕਿ ਆਪਾਂ ਵੀ ਥੋੜਾ ਜਿਹਾ ਦੇਖੀਏ ਸਮਝੀਏ ਕਿ ਕਿਉਂ ਇਹ ਬਿਲਜ਼ ਇੰਨੇ ਕਿਸਾਨ ਵਿਰੋਧੀ ਹਨ ਸਾਡੇ ਨਾਲ ਜੁੜੇ ਹਨ ਸਰਦਾਰ ਜੋਗਿੰਦਰ ਸਿੰਘ ਜਿੰਦੂ ਜੀ ਐਡਵੋਕੇਟ ਪਟਿਆਲਾ ਤੋਂ ਜੋਗਿੰਦਰ ਜੀ ਇੱਕ ਵਾਰੀ ਫਿਰ ਪ੍ਰੋਗਰਾਮ ਦੇ ਵਿੱਚ ਮੈਂ ਤੁਹਾਨੂੰ ਸਵਾਗਤ ਕਰਦੀ ਆਈ نو ਤੁਸੀਂ ਸਾਨੂੰ ਕੇ ਬਾਰ ਬਾਰ ਤੁਹਾਡਾ ਨਵੇਂ ਮੈਂ ਸਵਾਗਤ ਕਰਾਂ ਪਰ ਸਾਨੂੰ ਬਹੁਤ ਖੁਸ਼ੀ ਹੈ ਕਿ ਤੁਸੀਂ ਸਾਡੇ ਲਈ ਟਾਈਮ ਕਰਦੇ ਸਾਨੂੰ ਇਹ ਸਾਰੀ ਜਾਣਕਾਰੀ ਦੇਣ ਲਈ ਸਰ ਤੁਸੀਂ ਸਾਨੂੰ ਦੱਸ ਰਹੇ ਸੀ ਜੋ ਫਾਰਮਰਜ਼ ਏਮਪਾਵਰਮੈਂਟ ਐਂਡ ਪ੍ਰੋਟੈਕਸ਼ਨ ਐਗਰੀਮੈਂਟ ਔਨ ਪ੍ਰਾਈਸ ਅਸ਼ੋਰੈਂਸ ਐਂਡ ਫਾਰਮ ਸਰਵਿਸਿਜ਼ ਐਕਟ ਹੈਗਾ ਇਸ ਬਿਲ ਦੇ ਵਿੱਚ ਕੀ ਕੁਝ ਆਖਿਰ ਐਕਚੁਅਲੀ ਲਿਖਿਆ ਹੋਇਆ ਹੈ ਐਂਡ ਇਹ ਕਿਸ ਦੇ ਹੱਕ ਦੇ ਵਿੱਚ ਹੈ ਸਭ ਤੋਂ ਵੱਡੀ ਚੀਜ਼ ਤੁਸੀਂ ਕਹੀ ਇਸ ਵੇਲੇ ਕਿ ਅਗਰ ਕੋਈ ਡਿਸਪਿਊਟ ਹੁੰਦੀ ਹੈ ਇੱਕ ਕਿਸਾਨ ਦੇ ਕੋਲ ਇੱਕ ਕੋਰਟ ਦਾ ਵੀ ਮਤਲਬ ਐਕਸੈਸ ਨਹੀਂ ਹੈ ਕਿ ਉਹਨਾਂ ਦੀ ਡਿਸਪਿਊਟ ਇਸ ਤਰ੍ਹਾਂ ਜੇ ਤੁਸੀਂ ਕਹਿਆ ਕੁਆਜ਼ੀ ਜੁਡੀਸ਼ੀਅਲ ਜ਼ਰੀਏ ਤੋਂ ਹੋਏਗੀ ਮਤਲਬ ਜੁਡੀਸ਼ੀਅਲ ਸਿਸਟਮ ਤੋਂ हट ਕੇ ਉਹਨਾਂ ਨੂੰ ਆਪਣੀ ਕੋਈ ਵੀ ਸਮੱਸਿਆ ਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰਨੀ ਪੈਣੀ ਹੈ ਜਦੋਂ ਇੰਨੀ ਅਨ ਇਕੁਅਲ ਫੂਟਿੰਗ ਹੋਏ ਕਿਸ ਤਰ੍ਹਾਂ ਕਿਸਾਨ ਜਿੱਤ ਸਕਦਾ ਕੋਈ ਇਹ ਤਾਂ ਕੋਈ ਸੋਲਿਊਸ਼ਨ ਹੀ ਨਹੀਂ ਹੋਇਆ ਬਟ 무ਵਿੰਗ ਔਨ ਸਰ ਸਾਡੀ ਗੱਲ ਪਹਿਲੇ ਹੋ ਰਹੀ ਸੀ ਕਿ ਜੋ ਜਿੱਥੇ ਐਗਰੀਕਲਚਰ ਦੀ ਗੱਲ ਆਉਂਦੀ ਹੈ ਅਕੋਰਡਿੰਗ ਟੂ ਦਾ ਇੰਡੀਅਨ ਫਰੇਮਵਰਕ ਜੋ ਇੰਡੀਅਨ ਕਨਸਟੀਟਿਊਸ਼ਨ ਹੈਗੀ ਇਹ ਸੈਕਟਰ ステイツ ਦੇ ਖਾਤੇ ਵਿੱਚ ਆਂਦਾ ਹੈ 스테イツ ਐਗਰੀਕਲਚਰ ਦੇ ਰਾਈਟਸ ਬਣਾਉਂਦੀਆਂ ਬਟ ਇਨ ਐਕਟਸ ਦੇ ਤੁਸੀਂ ਕਹਿ ਲਓ ਇੰਪਲੀਮੈਂਟੇਸ਼ਨ ਤੋਂ ਬਾਅਦ ਆ 스테イツ ਇੰਡੀਵਿਜੂਅਲ 스테イツ ਦੇ ਕੋਲ ਕਿਸ ਤਰ੍ਹਾਂ ਦੇ ਰਾਈਟਸ ਹੋਣਗੇ ਕਿ ਉਹ ਅੱਗੇ ਗਾਂ ਜਾ ਕੇ ਐਗਰੀਕਲਚਰ ਦੇ ਸੰਬੰਧਿਤ ਲਾਜ਼ ਬਣਾਣ ਹੋਰ ਕਾਨੂੰਨ ਬਣਾਣ ਜਾਂ ਉਹਨਾਂ ਦੇ ਕੋਲ ਕੋਈ ਰਾਈਟਸ ਨਹੀਂ ਹੋਣਗੇ ਐਗਰੀਕਲਚਰ ਦੇ ਰਿਲੇਟਿਡ ਕਾਨੂੰਨਾ ਦੇ ਵਿੱਚ ਅਸਮਿਤਾ ਜੀ ਬੜਾ ਰੈਲੇਵੈਂਟ ਕੁਐਸਚਨ ਹੈ ਉਹਦੇ ਚ ਜਿਹੜਾ ਹੈ ਨਾ ਸਟੇਟ ਐਗਰੀਕਲਚਰ ਜਿਹੜਾ ਸਟੇਟਸ ਸਬਜੈਕਟ ਹੈ ਮੈਂ ਪਹਿਲਾਂ ਕਹਿ ਕੇ ਹਟਾਂ ਬਹੁਤ ਮੈਂ ਰਿਪੀਟ ਨਹੀਂ ਕਰਾਂਗਾ ਸਟੇਟ ਸਬਜੈਕਟ ਤੇ ਨਾਲ ਹੀ ਇਹ ਯੂਨੀਅਨ ਲਿਸਟ ਦਾ ਹੈ ਨਹੀਂ ਕੰਕਲੂਸਨ ਲਿਸਟ ਵੀ ਹੈ ਨਹੀਂ ਕੰਕਲੂਸਨ ਲਿਸਟ ਫੂਡਸਟਾਫ ਹੈ ਪਹਿਲਾਂ ਉਹਨੇ ਫੂਡਸਟਾਫ ਡਿਫਾਈਨ ਕੀਤਾ ਫੂਡਸਟਾਫ ਦੇ ਉਹਨਾਂ ਦੇ ਅੰਦਰ ਉਹਨੇ ਕਿਹਾ ਤਾਂ ਸਾਰੇ ਅਨਾਜ ਜੀ ਮਤਲਬ ਜਿਵੇਂ ਕਣਕ ਚਾਵਲ ਤਾਂ ਉਹਨਾਂ ਨੇ ਕਿਹਾ ਇਹ ਨਾਲ ਕਿਹਾ ਕੋਰਸ ਗ੍ਰੇਨਸ ਕੋਰਸ ਗ੍ਰੇਨ ਚ ਦਾਣੇਦਾਰ ਅਨਾਜ ਸਾਰੇ ਜਿਹੜੇ ਹੈ ਜੋ ਮ ਬਾਜਰਾ ਜਵਾਰ ਮੱਕੀ ਕੰਗਣੀ ਕੁੱਟਕੀ ਖੋਦਰਾ ਉਹ ਬੇ ਸਵਾਕ ਮਤਲਬ ਖਸਖਸ ਇਹ ਸਾਰੇ ਹੀ ਟੋਟਲ ਆ ਜਾਂਦੇ ਆ ਫਿਰ ਉਹਨਾਂ ਨੇ ਦਾਲਾਂ ਕਿਹਾ ਦਾਲਾਂ ਦੇ ਅੰਦਰ ਸਾਰੀਆਂ 올 ਪਲਸਿਸ ਸਾਰੀਆਂ ਪਲਸਿਸ ਉਹਦੇ ਅੰਦਰ ਆ ਜਾਂਦੀਆਂ ਸੀਰੀਅਲ ਸਾਰੇ ਆ ਗਏ ਫਿਰ ਉਹਨਾਂ ਨੇ ਕਿਹਾ ਮਸਾਲੇ ਮਸਾਲੇ ਸਾਡੇ ਸੌਥ ਵਾਲੇ ਪੈਦਾ ਕਰਦੇ ਆ ਸਪਾਈਸਿਸ ਜਿਹਦੇ ਚ ਲੌਂਗ এলাਚੀ ਮਤਲਬ ਇਹ ਦਾਲਚੀਨੀ ਕਾਲੀ ਮਿਰਚ ਇਹ ਸਾਰੇ ਜਿੰਨੇ ਵੀ ਗਰਮ ਮਸਾਲੇ ਆ ਉਹ ਸਾਰੇ ਸਾਰੇ ਸਪਾਈਸਿਸ ਦੇ ਅੰਦਰ ਆ ਜਾਂਦੇ ਆ ਫਿਰ ਉਹਨਾਂ ਨੇ ਨਰਸ ਕਿਹਾ ਨਰਸ ਦੇ ਅੰਦਰ ਬਦਾਮ ਕਾਜੂ ਇਵਨ ਮੰਗੋਹਲੇ ਵੀ ਸਾਡੀ ਨਰਸ ਦੇ ਅੰਦਰ ਆ ਜਾਂਦੀ ਹੈ ਜਿਹੜੇ ਸਾਰੇ ਡਾਈਫ ਰੋਟਸ ਹਨ ਉਹ ਨਰਸ ਚ ਆ ਜਾਂਦੇ ਫਿਰ ਉਹਨਾਂ ਨੇ ਇਸ ਤੋਂ ਬਾਅਦ ਸੋਗਰ ਕਿੰਨ ਗਿਆ ਗੰਨਾ ਜਿਹੜਾ ਸਾਡਾ ਗੰਨੇ ਗੰਨੇ ਦਾ ਲਿਆ ਉਸ ਤੋਂ ਬਾਅਦ ਉਹਨਾਂ ਨੇ ਪੋਲਟਰੀ ਫਿਰ ਪਿਗਰੀ ਫਿਰ ਫਿਸ਼ਰੀ ਫਿਰ ਗੋਟਰੀ ਤੇ ਫਿਰ ਮਤਲਬ ਡੈਰੀ ਆਂਜੇ ਲੈ ਲਏ ਮਤਲਬ ਜੋ ਫਿਰ ਵੈਜੀਟੇਬਲਸ ਤੇ ਫਰੂਟ ਲੈ ਲਏ ਜੋ ਕਿਸਾਨ ਪੈਦਾ ਕਰਦਾ ਹੈ ਉਹ ਕਿਸਾਨ ਸਾਰਾ ਕੁਸ਼ੀ ਉਹਨਾਂ ਨੇ ਫੂਡ ਸਟੱਫਸ ਪਾਲਿਆ ਤੇ ਫੂਡ ਸਟੱਫ ਦੇ ਨਾਂ ਤੇ ਇਹਦੇ ਕਾਨੂੰਨ ਬਣਾਤਾ ਕਿ ਐਗਰੀਕਲਚਰ ਤੇ ਫੂਡ ਸਟੱਫ ਤੇ ਕਾਨੂੰਨ ਬਣਾ ਕੇ ਐਗਰੀਕਲਚਰ ਤੇ ਕਾਨੂੰਨ ਨਹੀਂ ਬਣਾਇਆ ਜਾ ਸਕਦਾ ਉਹਨਾਂ ਨੇ ਇਹ ਕਾਨੂੰਨ ਮਤਲਬ ਫੂਡ ਸਟੱਫ ਦੇ ਨਾਂ ਤੇ ਇਡਾ ਧੋਖਾ ਕੀਤਾ ਬਹੁਤ ਵੱਡਾ ਮਤਲਬ ਇੰਸਟੀਚੂਸ਼ਨਲੀ ਰੋਡਰ ਹੋਇਆ ਜਿਹੜੇ ਜਿਹੜੇ ਪ੍ਰਧਾਨ ਮੰਤਰੀ ਨੇ ਪਹਿਲੀ ਵਾਰੀ ਮਤਲਬ ਲੇਟ ਕੇ ਮੱਥਾ ਟੇਕ ਕੇ ਪਾਰਲੀਮੈਂਟ ਦੇ ਅੰਦਰ ਵੜ ਕੇ ਕਨਸਟੀਟਿਊਸ਼ਨ ਦੀ ਕਸਮ ਖਾਤੀ ਸੀ ਉਹਨੇ ਭਾਰਤ ਦਾ ਸਦਨ ਨਿਰੋਲ ਲਿਖਦਾ ਉਹਨਾਂ ਨੇ ਕਨਸਟੀਟਿਊਸ਼ਨ ਨੂੰ ਮਤਲਬ ਸਟੇਟਸ ਦੇ ਅੰਦਰ ਇੱਕ ਤਾਂ ਹੁੰਦਾ ਨਾ ਕਿ ਤੁਸੀਂ ਸਟੇਟ ਦੇ ਅਧਿਕਾਰਾਂ ਚ ਇਨਕ੍ਰੋਚ ਕੀਤਾ ਇਹ ਇਨਕ੍ਰੋਚਮੈਂਟ ਨਹੀਂ ਬੜੋਸ ਕੀਤਾ ਸਟੇਟ ਦੇ ਅਧਿਕਾਰਾਂ ਜੀ ਇਹਦੇ ਚ ਅੰਦਰ ਉਹਨਾਂ ਨੇ ਕਹਿਤਾ ਇਸ ਸੈਕਟ ਦੇ ਅੰਦਰ ਹੀ ਕਹਿੰਦਾ ਜਿਹੜੇ ਜਿਹੜੇ ਅਕਤੀ ਆਪਾਂ ਚਰਚਾ ਕਰ ਰਹੇ ਹਾਂ ਕਿ ਜਿਹੜਾ ਸਟੇਟ ਨੇ ਕੋਈ ਐਕਟ ਬਣਾਇਆ ਇਹਦੇ ਅੰਦਰ ਇਸ ਵਿਸ਼ੇ ਤੇ ਉਹ ਇੱਕ ਨੀ ਮੈਨਾ ਹੁਣ ਉਹ ਇੱਕ ਲਗੁਨੀ ਕੋ ਤੇ ਸਟੇਟ ਅਗਵੇ ਵੀ ਕੋ ਐਕਟਰੀ ਬਣਾ ਸਕਦਾ ਮਤਲਬ ਐਗਰੀਕਲਚਰ ਦਾ ਜਿਹੜਾ ਵਿਸ਼ਾ ਹੈ ਜਿਹੜਾ ਜਿਹੜਾ ਕਨਸਟੀਟਿਊਸ਼ਨ ਪ੍ਰੋਵਾਈਡ ਕਰਦਾ ਕਿ ਸਟੇਟ ਦਾ ਐਗਰੀਕਲਚਰ ਕੱਲਾ ਨਹੀਂ ਸਟੇਟ ਦਾ ਹੈ ਮਤਲਬ ਸੈਂਟਰ ਕੋਲੇ ਕੀ ਹੈ ਸੈਂਟਰ ਕੋਲੇ ਸਿਰਫ ਓਪੀਅਮ ਖੇਤੀ ਅੱਛਾ ਜੀ ਓਪੀਅਮ ਦੀ ਖੇਤੀ ਰੈਗੂਲੇਟ ਕਰ ਸਕਦੇ ਓਪੀਅਮ ਤੇ ਉਹਨਾਂ ਕੋਈ ਕਿਆ ਹੈ ਜੀ ਜੀ ਹੋਰ ਹੋਰ ਉਹਨਾਂ ਕੋਲੇ ਕੁਝ ਨਹੀਂ ਹੈ ਇਸ ਤੋਂ ਇਲਾਵਾ ਕਨਕਲਿਸਟ ਫੂਡ ਸਟੱਫ ਹੈ ਉਹਸ ਤਰ੍ਹਾਂ ਤੇ ਉਹਨੇ ਸਾਰਾ ਖੇਤੀ ਤੇ ਕਾਨੂੰਨ ਬਣਾਤਾ ਸਾਰੇ ਟੋਟਲ ਜਿਹੜਾ ਖੇਤੀ ਦਾ ਟੈਕਸ ਵੀ ਸਟੇਟ ਦਾ ਵਿਸ਼ਾ ਖੇਤੀ ਦਾ ਕਨਾਲ ਸਿਸਟਮ ਡਰੇਨੇਜ ਸਿਸਟਮ ਸਾਰਾ ਉਹਨਾਂ ਦਾ ਨਰੀ ਸਾਰਾ ਪ੍ਰਬੰਧ ਉਹ ਸਟੇਟ ਦਾ ਵਿਸ਼ਾ ਖੇਤੀ ਦੇ ਸਾਰੇ ਮੈਨੇਜਮੈਂਟ ਸਟੇਟ ਨੇ ਕਰਨੇ ਕਿਉਂਕਿ ਇਹ ਇਸ ਕਰਕੇ ਫਰੇਮਰ ਆਫ ਦਿ ਕਨਸਟੀਟਿਊਸ਼ਨ ਨੇ ਇਸ ਕਰਕੇ ਬਣਾਇਆ ਸੀ ਕਿਉਂਕਿ ਭਾਰਤ ਇੱਕ ਐਸਾ ਦੇਸ਼ ਹੈ ਬੜਾ ਬਿਊਟੀਫੁਲ ਦੇਸ਼ ਹੈ ਜੇ ਤੁਸੀਂ ਪਾਤਾ ਜਿਓਗ੍ਰਾਫੀਆ ਦੇਖੋ ਤਾਂ ਮਤਲਬ ਕੀ ਕੀ ਕਿਸਾਨੀ ਦਾ ਕਰਦਾ ਕਿਹੜੀ ਚੀਜ਼ ਹੈ ਜਿਹੜੀ ਬਹੁਤ ਡਾਈਵਰਸ ਹੈ ਐਗਜ਼ੈਕਟਲੀ ਜੀ ਇੱਥੇ ਸ਼ਾਇਦ ਮੈਨੂੰ ਕਹਿ ਸਕਦਾ ਵੀ ਡਾਈਵਰਸਿਟੀ ਕਿਤੇ ਹੋਰ ਵੀ ਹੋਊਗੀ ਸੰਸਾਰ 'ਚ ਪਰ ਬਹੁਤ ਰੇਅਰ ਹੋਊਗੀ ਇਸ ਤਰ੍ਹਾਂ ਦੀ ਡਾਈਵਰਸਿਟੀ ਜਿਹੜਾ ਤੁਸੀਂ ਦਰਿਆ ਟੱਪ ਜਾਂਦੇ ਹੋ ਡਾਈਵਰਸ ਟੋਟਲ ਡਾਈਵਰਸ ਹੈ ਸਟੇਟ ਤੋਂ ਐਂਟਰ ਕਰਦੇ ਹੋ ਤੁਸੀਂ ਟੋਟਲ ਡਾਈਵਰਸ ਹੈ ਕਿੰਨੀਆਂ ਸਟੇਟਸ ਹਨ ਤੁਹਾਡਾ ਮਤਲਬ ਆਲ ਟੁਗੇਦਰ ਤੁਹਾਨੂੰ ਨਵਾਂ ਲਿਖਣਾ ਮਿਲਦਾ ਤੁਹਾਡੇ ਨਾਚ ਤੁਹਾਡੇ ਭੰਗੜੇ ਤੁਹਾਡੀ ਤੁਹਾਡੀ ਮਤਲਬ ਖੇਤੀ ਦੇ ਢੰਗ ਤਰੀਕੇ ਤੁਹਾਡੇ ਗੀਤ ਮਤਲਬ ਤੁਹਾਡਾ ਕਲਚਰ ਤੁਹਾਡੇ ਵਿਆਹਾਂ ਦੇ ਰਸਮਾਂ ਬਾਜ਼ ਸਾਰੇ ਡਿਫਰੈਂਟ ਹੈ ਬਹੁਤ ਪਿਆਰਾ ਦੇਸ਼ ਇਸ ਪੱਖੋਂ ਤੇ ਡਾਈਵਰਸਟੀ ਕਰਕੇ ਉਹਨਾਂ ਨੇ ਸਟੇਟ ਸਿਲੈਕਟ ਰੱਖਿਆ ਸੀ ਕਿ ਕੋਈ ਚਾਹ ਪੈਦਾ ਕਰ ਰਹਾ ਕੋਈ ਮਸਾਲੇ ਪੈਦਾ ਕਰ ਰਹਾ ਕਿ ਕਿਸੇ ਕਿਸੇ ਵਿੱਚ ਕਰੂਟ ਪੈਦਾ ਹੋ ਰਿਹਾ ਨਮਾਜ਼ਲ ਸਾਰਾ ਕਿਸੇ ਕਿਸੇ ਵਿੱਚ ਕਣਕ ਤੇ ਜਿਰੀ ਪੈਦਾ ਹੋ ਰਹੀ ਹੈ ਉਹ ਸਾਰੇ ਕਿਉਂਕਿ ਡਾਈਵਰਸ ਜਦੋਂ ਇੱਥੇ ਯੂਨੀਫਾਰਮ ਲਾਭ ਨਹੀਂ ਸਕਦਾ ਜੀ ਜਦੋਂ ਡਾਈਵਰਸਟੀ ਇੰਨੀ ਹੋਵੇ ਤਾਂ ਤੁਸੀਂ ਇਸੇ ਕਰਕੇ ਫਰੇਮਰਸ ਆਫ ਦਿ ਕਨਸਟੀਟਿਊਸ਼ਨ ਨੇ ਸਟੇਟ ਸਿਲੈਕਟ ਰੱਖਿਆ ਸੀ ਕਿ ਸਟੇਟ ਉੱਥੋਂ ਦੀਆਂ ਇਕੋਸਿਸਟਮ ਉੱਥੋਂ ਦਾ ਐਗਰੀਕਲਚਰ ਦੀ ਡਵੈਲਪਮੈਂਟ ਉੱਥੋਂ ਦਾ ਸਾਰਾ ਜਿਹੜਾ ਵਾਤਾਵਰਨ ਹਵਾ ਮੌਸਮ ਉਹਦੇ ਮੁਤਾਬਕ ਕਾਨੂੰਨ ਉਥੋਂ ਦੀਆਂ ਫਸਲਾਂ ਉਹਦੇ ਮੁਤਾਬਕ ਕਾਨੂੰਨ ਬਣਾ ਲੂਗੀ ਜੀ ਪਰ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਉਹ ਬਲਡੋਸ ਕਰਤਾ ਸਾਰਾ ਕੁਝ ਸਟੇਟ ਦਾ ਸਟੇਟ ਦਾ ਸਾਰਾ ਰਾਈਟ ਬਲਡੋਸ ਕਰਕੇ ਸਾਰੇ ਅਧਿਕਾਰ ਸੈਕਟਰ ਨੂੰ ਲੈ ਲੇ ਤੇ ਫਿਊਚਰ ਚ ਕਹਤਾ ਕਿ ਸਟੇਟ ਦਾ ਜਿਹੜਾ ਕੋ ਐਕਟ ਬਣੂਗਾ ਉਹ ਜੇ ਇਨ ਕੰਟਰਵੈਨਸ਼ਨ ਹੈ ਉਹਦੇ ਸਿਰ ਜੇ ਕਿਤੇ ਕਨਫਲਿਕਟ ਹੈ ਦੇ ਅੰਦਰ ਤਾਂ ਉਹਦਾ ਕੋਈ ਮਨਣਾ ਨਹੀਂ ਹੈ ਉਹ ਰਹੂਗਾ ਨਹੀਂ ਹੈ ਪੁਰਾਣੇ ਜਿਹੜੇ ਬਣੇ ਆ ਉਹ ਖਤਮ ਸਾਰੇ ਸਟੇਟ ਦਾ ਅਧਿਕਾਰ ਉਹਨਾਂ ਨੇ ਲੈ ਲਿਆ ਸਟੇਟ ਦਾ ਅਧਿਕਾਰ ਖੋਲਿਆ ਬਿਲਡੋਜ਼ ਬਿਲਡੋਜ਼ ਕਰ ਜੀ ਅ ਜਗਿੰਦਰ ਜੀ ਇਹ ਤਾਂ ਯੂ نو ਜਿੱਥੇ ਸਾਨੂੰ ਫॉर द ਮੋਸਟ ਪਾਰਟ ਇਹ ਸੁਣਨ ਨੂੰ ਮਿਲ ਰਿਹਾ ਸੀ ਕਿ ਇਹ ਇੱਕ ਐਵਰੇਜ ਇੱਕ ਛੋਟੇ ਕਿਸਾਨ ਦੇ ਹੱਕ ਖੋਨ ਦੀ ਕੋਸ਼ਿਸ਼ ਹੈਗੀ ਉਹਨਾਂ ਦੀ ਜ਼ਮੀਨ ਲੈਣ ਦੀ ਕੋਸ਼ਿਸ਼ ਹੈ ਅ ਇਹ ਤਾਂ ਹੁਣ ਲੱਗਦਾ ਹੈ ਉਸ ਤੋਂ ਵੀ ਵੱਡੇ ਲੈਵਲ ਤੇ ਇੰਡੀਵਿਜੂਅਲ ਸਟੇਟਸ ਜਿਸ ਤਰ੍ਹਾਂ ਤੁਸੀਂ ਸਾਨੂੰ ਇਹਨੇ ਵਧੀਆ ਤਰੀਕੇ ਨਾਲ ਐਕਸਪਲੇਨ ਕੀਤਾ ਜਿਹਨਾਂ ਦਾ ਬਿਲਕੁਲ ਲੌਜੀਕਲੀ ਹੱਕ ਬੰਦਾ ਹੈ ਆਪਣੇ ਸਟੇਟ ਵਾਈਡ ਸਿਟੀਜ਼ਨਰੀ ਨੂੰ ਗਵਰਨ ਕਰਨ ਦਾ ਖਾਸ ਕਰਕੇ ਐਗਰੀਕਲਚਰ ਦੇ ਵਿੱਚ ਉਹਨਾਂ ਤੋਂ ਇਹ ਚੀਜ਼ ਵੀ ਖੋਈ ਜਾ ਰਹੀ ਹੈ ਸਰ ਮੈਂ ਮੈਂ ਜ਼ਰੂਰ ਤੁਹਾਡੇ ਤੋਂ ਇੱਥੇ ਪੁੱਛਣਾ ਚਾਹਨੀ ਆ ਕਿ ਇਹ this is separate from the bill but eh sirf ek theoretical question hai tusi um ek legal mind ho tusi shayad sanu eh dass sakde ho thoda ja apna opinion is te um just passage jis trend nu eh steps eh bills follow kar rahe han eh democracy nu chhad ke kisi hor direction vich ja rahi hai jis tarah tusi keha jithe individual states de rights nu khoya ja raha hai ek centralized ਫਰੇਮਵਰਕ ਦੇ ਦੇ ਲਈ ਤੁਹਾਨੂੰ ਲੱਗਦਾ ਕਿ ਇਹ ਡੈਮੋਕ੍ਰੇਸੀ ਨੂੰ ਛੱਡ ਕੇ ਭਾਰਤ ਸਰਕਾਰ ਕਿਸੇ ਹੋਰ ਪਾਸੇ ਜਾ ਰਹੀ ਹੈ ਅਸ਼ਮਤ ਜੀ ਮੈਂ ਮੇਟਾ ਪਹਿਲਾਂ ਕਹਿ ਕੇ ਹਟਿਆ ਕਿ ਪਾਰਲੀਮੈਂਟ ਜਿਹੜੀ ਹੈ ਇਹਨਾਂ ਨੇ ਬੇਮਾਨਾ ਕਰ ਦਿੱਤੀ ਸਾਰੇ ਜਿਹੜੇ ਲੋਕ ਐਕਸ ਬਣਾਏ ਹੈ ਐ ਲੱਗਦਾ ਹੈ ਵੀ ਪਤਾ ਨਹੀਂ ਕਿੱਥੇ ਚਲੀ ਗਈ ਪਾਰਲੀਮੈਂਟ ਵੀ ਗਾਇਬ ਹੀ ਹੈ ਵਰਚੂਲੀ ਜੇ ਤੁਸੀਂ ਦੇਖੋਗੇ ਨਾ ਉਸ ਉਸ ਪ੍ਰੋਸੈਸ ਚ ਸਿਰਫ ਕੋਨ ਫਾਰਮੈਲਟੀ ਕੀਤੀ ਹੈ ਉਹ ਮਤਲਬ ਉਸ ਤਰ੍ਹਾਂ ਬਹਿਸ ਹੋ ਕੇ ਕੋਈ ਸਾਰਾ ਕੁਝ ਕਰਕੇ ਇਹ ਇਹ ਕਾਨੂੰਨ ਨਹੀਂ ਬਣੇ ਦੂਜਾ ਜਿਹੜਾ ਦਾ ਬੜਾ ਖਤਰਨਾਕ ਪਹਿਲੂ ਉਹ ਬਹੁਤ ਜਿਹੜਾ ਹੈ ਡੇਂਜਰਸ ਜਿਹੜਾ ਹੈ ਜਿਹੜਾ ਇੰਡੀਆ ਦੇ ਫੈਡਰਲ ਸਟਰਕਚਰ ਲਈ ਬੜਾ ਡੇਂਜਰਸ ਹੋ ਗਾ ਉਹਨਾਂ ਨੇ ਸਟੇਟਸ ਦੇ ਅਧਿਕਾਰ ਜਿਹੜੇ ਐ ਖੋਲੇ ਉਹਨੂੰ ਯੂਨੀਟਰ ਬਣਾ ਯੂਨੀਟਰੀ ਬਣਾਉਂਦਾ ਜਾ ਰਿਹਾ ਹੈ ਸਿਸਟਮ ਨੂੰ ਇਹ ਫੈਡਰਲ ਸਟਰਕਚਰ ਨੂੰ ਡਿਮਾਂਡ ਤਾਂ ਸਟੇਟਸ ਦੀ ਹੋਰ ਹੋ ਰਹੀ ਹੈ ਕਿ ਸਟੇਟਸ ਕੋਲੇ ਤਾਂ ਮਿਊਨਿਸਪੈਲਿਟੀਆਂ ਜਿੰਨੀ ਵੀ ਪਾਵਰ ਨਹੀਂ ਹੈ ਜੀਐਸਟੀ ਤੁਸੀਂ ਲੈ ਲਿਆ ਥੋੜਾ ਤੋਂ ਮੰਗਦੇ ਫਿਰਦੇ ਆ ਜੀ ਬਿਲਕੁਲ 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 ਉਹ ਮਤਲਬ ਜਿਵੇਂ ਉਹਨਾਂ ਨੇ ਵੀ ਇੱਕ ਮੰਗਣੀ ਹੁੰਦੀ ਹੈ ਐ ਕਰ ਰਹੇ ਨੇ ਸਟੇਟਸ ਜਿਹੜੀਆਂ ਉਹਨਾਂ ਦੇ ਸਾਰੇ ਜਿਹੜੇ ਰੈਵਨਿਊ ਦੇ ਸਰਸਿਸ ਆ ਉਹ ਤੁਸੀਂ ਇਹ ਤਿਆਰ ਰਹੇ ਹੋ ਜਿਹੜੇ ਜਿਹੜੇ ਉਹਨਾਂ ਲੈਣੇ ਪਰ ਤੁਸੀਂ ਆਸਾਨ ਕਰਦੇ ਹੋ ਕਿ ਅਸੀਂ ਤੁਹਾਨੂੰ ਇਹਦੇ ਚੋਂ ਇਹ ਦਵਾਂਗੇ ਉਹ ਵੀ ਰਿਲੀਜ਼ ਨਹੀਂ ਹੁੰਦਾ ਲੋਕ ਪਿੱਟ ਰੀਆਂ ਸਟੇਟਸ ਕਿ ਤੁਸੀਂ ਸਾਨੂੰ ਸਾਡਾ ਹਿੱਸਾ ਤਾਂ ਰਿਲੀਜ਼ ਕਰ ਦਿਓ ਨਾ ਜੇ ਹੁਣ ਸਟੇਟਸ ਦੀ ਡਿਮਾਂਡ ਹੋ ਰਹੀ ਹੈ ਲਗਾਤਾਰ ਕਿ ਫੈਡਰਲ ਸਟਰਕਚਰ ਨੂੰ ਮਤਲਬ ਬੜੀ ਦੇਰ ਤੋਂ ਚੱਲ ਰਹੀ ਹੈ ਕਿ ਫੈਡਰਲ ਸਟਰਕਚਰ ਨੂੰ ਮਜ਼ਬੂਤ ਕਰੋ ਤਾਂ ਸਟ ਇਹ ਤੇ ਯੂਨੀਟਰੀ ਕਰਤੇ ਜਾ ਰਿਹਾ ਹੈ ਬਿਨਾ ਕਨਸਟੀਟਿਊਸ਼ਨ ਨੂੰ ਅਮੈਂਡ ਕੀਤੇ ਹੋਏ ਉਹ ਮਤਲਬ ਇਸ ਤਰ੍ਹਾਂ ਦੇ ਕਾਨੂੰਨ ਬਣਾ ਕੇ ਉਸ ਸਿਸਟਮ ਨੂੰ ਯੂਨੀਟਰੀ ਕਰ ਰਿਹਾ ਹੈ ਜਿਹੜਾ ਸਟੇਟ ਦੇ ਅਧਿਕਾਰਾਂ ਤੇ ਬਹੁਤ ਵੱਡਾ ਛਾਪਾ ਤੇ ਇਹ ਇੰਡੀਅਨ ਡੈਮੋਕ੍ਰੇਸੀ ਲਈ ਜਿਹੜਾ ਹੈ ਨਾ ਬੜੀ ਡੇਂਜਰਸ ਇਹਦਾ ਚੰਗਾ ਨਹੀਂ ਸ਼ੁਭ ਸ਼ਗਨ ਨਹੀਂ ਹੈ ਇਹ ਮਾਰੇ ਸਕੇ ਬਿਲਕੁਲ I think ਇਹ ਸਭ ਤੋਂ ਇੱਥੇ ਇੰਪੋਰਟੈਂਟ ਮੈਸੇਜ ਬਣਦਾ ਹੈ ਸਾਡੇ ਸਾਰਿਆਂ ਲਈ ਜੋ ਵਿਦੇਸ਼ਾਂ 'ਚ ਬੈਠੇ ਐ ਕਿ ਇਹ ਨਾ ਕਿ ਸਿਰਫ ਇੱਕ ਛੋਟੇ ਜਿਹੇ ਕਿਸਾਨ ਦਾ ਮੁੱਦਾ ਹੈ ਇਹ ਪੂਰੇ ਭਾਰਤ ਸਰਕਾਰ ਭਾਰਤ ਡੈਮੋਕ੍ਰੇਸੀ ਦਾ ਮੁੱਦਾ ਹੈ ਸਾਰ ਇੱਥੇ ਇੱਕ ਛੋਟੀ ਜਿਹੀ ਬ੍ਰੇਕ ਲਈ ਰੁਕਦੇ ਹਾਂ ਤੁਸੀਂ ਜੁੜੇ ਰਹੋ ਸਾਡ ਨਾਲ ਵੀਰਸ ਤੁਸੀਂ ਬਣੇ ਰਹੋ ਮਿਲਦੇ ਹਾਂ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਾਰਿਆਂ ਦਾ ਸਵਾਗਤ ਤੁਸੀਂ ਵੇਖ ਰਹੇ ਹੋ ਅੱਜ ਦਾ ਮੁੱਦਾ ਗੱਲ ਹੋ ਰਹੀ ਹੈ ਫਾਰਮਰਜ਼ ਏਮਪਾਵਰਮੈਂਟ ਐਂਡ ਪ੍ਰੋਟੈਕਸ਼ਨ ਐਕਟ ਦੀ ਕਿਹਨੂੰ ਏਮਪਾਵਰ ਕਰਦਾ ਹੈ ਤੇ ਕਿਹਨੂੰ ਪ੍ਰੋਟੈਕਟ ਕਰਦਾ ਹੈ ਕਿਸਾਨਾਂ ਨੂੰ ਤਾਂ ਨਹੀਂ ਐਂਪਾਵਰ ਜਾਂ ਪ੍ਰੋਟੈਕਟ ਕਰ ਰਿਹਾ ਨਾਟ ਇਵਨ ਦ ਸਟੇਟ ਇਸ ਸਟੇਟਸ ਦੇ ਵੀ ਰਾਈਟਸ ਨੂੰ ਤੁਸੀਂ ਕਹਿ ਲੋ ਖੋਣ ਦੀ ਕੋਸ਼ਿਸ਼ ਕਰ ਰਿਹਾ ਤੇ ਇਹ ਸਾਰੀ ਜਾਣਕਾਰੀ ਸਾਨੂੰ ਪ੍ਰੋਵਾਈਡ ਕਰ ਰਿਹਾ ਸਾਡੇ ਗੈਸਟ ਜਗਿੰਦਰ ਸਿੰਘ ਜਿੰਦੂ ਜੀ ਜਗਿੰਦਰ ਜੀ ਇੱਕ ਬਰੀ ਫਿਰ ਪ੍ਰੋਗਰਾਮ ਦੇ ਵਿੱਚ ਮੈਂ ਤੁਹਾਨੂੰ ਵੈਲਕਮ ਕਰਦੀ ਹਾਂ ਜਗਿੰਦਰ ਜੀ ਅਮ ਤੁਹਾਡੇ ਨਾਲ ਆਪਾਂ ਇਹ ਸਪੈਸ਼ਲ 3 ਪਾਰਟ ਸੀਰੀਜ਼ ਕਰ ਰਹੇ ਹਾਂ ਸਾਡਾ ਇਹ ਦੂਜਾ ਐਪੀਸੋਡ ਹੈ ਹੋਰ ਵੀ ਐਪੀਸੋਡਸ ਮੈਂ ਤੁਹਾਡੇ ਨਾਲ ਜ਼ਰੂਰ ਤੁਹਾਨੂੰ ਬੇਨਤੀ ਕਰਾਂਗੇ ਤੁਸੀਂ ਸਾਡੇ ਨਾਲ ਜੁੜ ਕੇ ਟਾਈਮ ਸਾਨੂੰ ਥੋੜਾ ਜਿਹਾ ਦਿਓ ਬਟ ਇਸ ਪ੍ਰੋਗਰਾਮ ਦੀ ਸਮਾਪਤੀ ਮੈਂ ਸਿਰਫ ਇੱਕ ਸਿੰਪਲ ਕੁਐਸਚਨ ਜਾਉਂਦੀ ਆਂ ਆਪਾਂ ਇੱਥੇ ਬੈਠੇ ਗੱਲ ਕਰ ਰਹੇ ਆਂ ਕਿ ਇਨ ਬਿੱਲਾਂ ਦੀ ਜਾਣਕਾਰੀ ਆਮ ਆਦਮੀ ਨੂੰ ਇੰਨੀ ਜ਼ਿਆਦਾ ਨਹੀਂ ਹੈਗੀ ਇਸ ਕਰਕੇ ਤੁਸੀਂ ਸਾਡੇ ਨਾਲ ਜੁੜਿਓ ਬਟ ਸਾਨੂੰ ਬਾਰ-ਬਾਰ ਸੁਣਨ ਨੂੰ ਮਿਲ ਰਿਹਾ ਹੈ ਕਿ ਖਾਸ ਕਰਕੇ ਸਰਕਾਰ ਵੱਲੋਂ ਕਿ ਇਹਨਾਂ ਅੰਦੋਲਨ ਇਹ ਮੋਰਚਾ ਇਸ ਕਰਕੇ ਲੱਗਿਆ ਹੋਇਆ ਬਿਕਾਜ਼ ਇਨ ਕਿਸਾਨਾਂ ਨੂੰ ਸਮਝ ਨਹੀਂ ਲੱਗ ਰਹੀ ਕਿ ਇਨ ਬਿੱਲਾਂ 'ਚ ਲਿਖਿਆ ਕੀ ਹੈ ਇਹਨਾਂ ਨੂੰ ਉਸ ਕਾਨੂੰਨ ਦੀ ਸਮਝ ਨਹੀਂ ਹੈਗੀ ਜੋ ਇਹ ਬਿਲਜ਼ ਦੱਸ ਰਹੇ ਹੈ ਐਂਡ ਇਸ ਕਰਕੇ ਉਹ ਪ੍ਰੋਟੈਸਟ ਬਿਲਕੁਲ ਕਹਿ ਲੋ ਅਮ ਇਗਨੋਰੈਂਸ ਦੇ ਵਿੱਚ ਕਰ ਰਿਹਾ ਹੈ ਅਮ ਸਰ ਮੈਂ ਤੁਹਾਡੇ ਤੋਂ ਪੁੱਛਣਾ ਚਾਹਾਂਗੀ ਤੁਸੀਂ ਆਲਮੋਸਟ 2 ਹਫ਼ਤੇ ਦਿੱਲੀ ਬਾਰਡਰ ਤੇ ਹੁਨੇ ਕੱਟ ਗਿਆ ਤੁਹਾਡੀ ਸਿਹਤ ਨਹੀਂ ਤੁਹਾਨੂੰ ਪਰਮਿਟ ਕਰ ਰਹੀ ਸੀ ਤੁਸੀਂ ਬਿਮਾਰ ਥੋੜੇ ਜਿਹਾ ਹੋ ਗਏ ਇਸ ਕਰਕੇ ਤੁਸੀਂ ਛੱਡ ਕੇ ਵਾਪਸ ਹੁਨੇ ਆਇਓ ਬਟ ਤੁਸੀਂ ਉੱਥੇ ਦੇਖਿਆ on the ground ਕੀ ਮਾਹੌਲ ਹੈ ਤੁਸੀਂ ਇਸ ਕੰਮ ਦੇ ਵਿੱਚ ਐਕਟਿਵਲੀ ਇਨਵੋਲਡ ਹੋ ਕੀ ਇਸ ਵੇਲੇ ਇੱਕ ਭਾਰਤ ਦੇ ਕਿਸਾਨ ਨੂੰ ਇੰਡੀਅਨ ਫਾਰਮਰ ਨੂੰ ਅ ਇਗਨੋਰੈਂਸ ਹੈ ਕਿ ਕੋਈ ਜਾਣਕਾਰੀ ਨਹੀਂ ਹੈ ਲਾਜ਼ ਬਾਰੇ ਐਂਡ ਕਿਸਾਨ ਤਾਂ ਚਲੋ ਇੱਕ ਪਾਰਟ ਹੈਗਾ ਵਟ ਅਬਾਊਟ ਦ ਸਾਇੰਟਿਸਟਸ ਦ ਇਕਨੋਮਿਕ ਐਕਸਪਰਟਸ ਜੋ ਐ ਐਗਰੀਕਲਚਰ ਰਿਸਰਚ ਹੈਡਸ ਹਨ ਜੋ ਕਿਸਾਨ ਯੂਨੀਅਨ ਲੀਡਰਸ ਹਨ ਕੀ ਇਹ ਵੀ ਸਾਰੇ ਇਗਨੋਰੈਂਟ ਹੈਗੇ ਇਹ ਸਮਿਤਾ ਜੀ ਬੜਾ ਮਦਰ ਟਿਪੀਕਲ ਕੁਐਸਚਨ ਹੈ ਟੂ ਬੀ ਅਨਸਰਡ ਵਰਚੁਅਲੀ ਜਿਹੜੇ ਕਹਿ ਰਹੇ ਆ ਨਾ ਕਿਸਾਨਾਂ ਦਾ ਬਿੱਲ ਦੇ ਸਮਝੇ ਮੈਂ ਕਿਸਾਨ ਦਾ ਬੇਟਾ ਤੇ ਮੈਂ ਜੇ ਬਿੱਲ ਸਮਝ ਲਿਆ ਮੇਰੇ ਵਰਗੇ ਲੱਖਾਂ ਬੇਟੇ ਆ ਕਿਸਾਨਾਂ ਦੇ ਜਿਨ੍ਹਾਂ ਨੇ ਬਿੱਲ ਸਮਝ ਲਏ ਸਾਡੀ ਜਿਹੜੀ ਲੀਡਰਸ਼ਿਪ ਹੈ ਜਿਹੜੀ ਇਸ ਕਿਸਾਨ ਅੰਦੋਲਨ ਨੂੰ ਚਲਾ ਰਹੀ ਹੈ ਉਹ ਲੀਡਰਸ਼ਿਪ ਇੱਕ ਐਸੀ ਲੀਡਰਸ਼ਿਪ ਹੈ ਉਹ ਇਸ ਤਰ੍ਹਾਂ ਨਹੀਂ ਹੈ ਉਹ ਜਿਵੇਂ ਕੱਲ ਕੋਈ ਉੱਠ ਕੇ ਵੀ ਮਤਲਬ ਕੱਲ ਕੋਈ ਜਾਣਦਾ ਨਹੀਂ ਸੀ ਤੇ ਅੱਜ ਮੁਲਕ ਦਾ ਪ੍ਰਧਾਨ ਮੰਤਰੀ ਬਣ ਗਿਆ ਕੱਲ ਉਹ ਮਦਰਾ ਉਹ ਰਾਸ਼ਟਰਪਤੀ ਬਣ ਗਿਆ ਕੱਲ ਉਹਦੇ ਗਵਰਨਮੈਂਟ ਅੰਦਰ ਤੁਸੀਂ ਉਹ ਇਸ ਤਰ੍ਹਾਂ ਦੀ ਲੀਡਰਸ਼ਿਪ ਨਹੀਂ ਹੈ ਉਹਨਾਂ ਦੀ 50 ਸਾਲ ਦਾ ਉਹਨਾਂ ਦੇ ਪਿੱਛੇ ਇਤਿਹਾਸ ਹੈ ਕਿਸੇ ਦੇ ਪਿੱਛੇ 50 ਸਾਲ ਕਿਸੇ ਦੇ ਪਿੱਛੇ 45 ਸਾਲ ਕਿਸੇ ਦੇ ਪਿੱਛੇ 40 ਸਾਲ ਮੂਵਮੈਂਟ ਦਾ ਇਤਿਹਾਸ ਹੈ ਉਹਦੇ ਪਿੱਛੇ ਔਰ ਬੜੀ ਮੂਵਮੈਂਟ ਨਾਲ ਜੁੜੇ ਹੋਏ ਆ ਜਦੋਂ ਕੋਈ ਮੂਵਮੈਂਟ ਨਾਲ ਇੰਨੇ ਡੂੰਘੇ ਤਰ੍ਹਾਂ ਜੁੜਦਾ ਹੈ ਤਾਂ ਉਹ ਜਾਣਕਾਰੀ ਹਾਸਲ ਕਰਦਾ ਹੈ ਉਹਦੀ ਜਦੋਂ ਇਹ ਤਾਂ ਉਹਨਾਂ ਦਾ ਭਾਂਡਾ ਉਸੇ ਵੇਲੇ ਫਟ ਗਿਆ ਸੀ ਜਦੋਂ ਉਹ ਨੇਗੋਸ਼ੀਏਸ਼ਨ ਚ ਗਏ ਜੀ ਨੇਗੋਸ਼ੀਏਸ਼ਨ ਚ ਉਹਨਾਂ ਦੇ ਤਿੰਨੇ ਮੰਤਰੀ ਜਿਹੜੇ ਆ ਟਿਕ ਨਹੀਂ ਪਾਏ ਉਹਨਾਂ ਦੇ ਇਹ ਲੈ ਕੁਐਸਚਨ ਉਹਨਾਂ ਨੇ ਕੀਤੇ ਆ ਉਹਨਾਂ ਦਾ ਜਵਾਬ ਨਹੀਂ ਦੇ ਪਾਏ ਉਹ ਉਹ ਕਹਿੰਦੇ ਅਸੀਂ ਐਕਸਪਰਟ ਲੈ ਕੇ ਆਵਾਂ ਤੁਸੀਂ ਅੰਦਾਜ਼ਾ ਲਾਓ ਕਿ ਜਿਹੜੇ ਬਿੱਲ ਬਣਾ ਰਹੇ ਆ ਜਦੋਂ ਉਹ ਫਸਰੇ ਆ ਗੱਲਬਾਤ ਦੇ ਅੰਦਰ ਉਹਨਾਂ ਨੂੰ ਆਪਣੇ ਐਕਸਪਰਟ ਬੁਲਾਣੇ ਪੈਂਦੇ ਉਹ ਕਹਿੰਦੇ ਤੁਸੀਂ ਲਿਆਓ ਐਕਸਪਰਟ ਲਿਆਓ ਅਸੀਂ ਤਾਂ ਤਿਆਰ ਆ ਸੰਦੋਖ ਪਰਉਣੀ ਉਹ ਆਪ ਹੀ ਐਕਸਪਰਟ ਬਣੇ ਹੋਏ ਸਾਡੇ ਲੀਡਰ ਜਿਹੜੇ ਆ ਉਹਨਾਂ ਨੇ ਮਤਲਬ ਇਹਦੇ ਅੰਦਰ ਐਕਸਪਰਟਿਸ ਹਾਸਲ ਕਰ ਲਿਆ ਇਹ ਉਹਨਾਂ ਕੋਲ ਕਹਿਣ ਨੂੰ ਕੁਝ ਨਹੀਂ ਇਸ ਲਈ ਵੀ ਉਹ ਇਹ ਹੀ ਕਹਿਣਗੇ ਨਾ ਇਹਨਾਂ ਨੂੰ ਤਾਂ ਪਤਾ ਹੀ ਨਹੀਂ ਕੁਝ ਬੜੀ ਕਮਾਲ ਦੀ ਗੱਲ ਹੈ ਵੀ ਹਿੰਦੋਸਤਾਨ ਦੇ ਜਿਹੜੇ ਟੋਟਲ ਆਬਾਦੀ ਦਾ 70% ਲੋਕ ਇਹਨੂੰ ਲੋਕ ਬੰਦਿਆਂ ਨੂੰ ਕਹਰੇ ਵੀ ਇਹਨਾਂ ਨੂੰ ਅਕਲ ਹੀ ਹੈ ਨਹੀਂ ਵੀ ਤੁਸ ਥੋੜਾ ਇੱਕ ਅੰਦੋਲਨ ਚੱਲ ਰਿਹਾ ਠੀਕ ਹੈ ਤੁਸੀਂ ਉਸ ਅੰਦੋਲਨ ਨੂੰ ਪਹਿਲਾਂ ਕਹੀ ਜਾਂਦੇ ਸੀ ਇਹ ਇਹ ਦਲਾਲਾਂ ਦਾ ਮਤਲਬ ਬਚੋਲੀਆ ਦਾ ਅੰਦੋਲਨ ਹੈ ਇਹ ਬਚੋਲੀਆ ਨੇ ਕੀਤਾ ਫਿਰ ਕਹੀ ਜਾਂਦੇ ਪੋਲੀਟੀਕਲ ਪਾਰਟੀਆਂ ਨੇ ਉਹ ਕਰ ਲਿਆ ਅੱਜ ਤੱਕ ਕੋਈ ਪੋਲੀਟੀਕਲ ਪਾਰਟੀ ਪੋਲੀਟੀਕਲ ਪਾਰਟੀਆਂ ਇਸ ਅੰਦੋਲਨ ਨੇ ਬੇਮਨਾ ਕਰਿਆ ਹੁਣ ਕੋਈ ਕਿਸੇ ਕੋਈ ਆਪਣੇ ਵਿਆਹ ਤੇ ਸ਼ਾਦੀ ਤੇ ਕਿਸੇ ਪੋਲਿਟੀਕਲ ਲੀਡਰ ਨੂੰ ਨਹੀਂ ਬੁਲਾਉਂਦਾ ਮੰਤਰੀ ਨੂੰ ਨਹੀਂ ਬੁਲਾਉਂਦਾ ਜੇ ਜਾਣਾ ਵੀ ਚਾਹੇ ਅਗਲਾ ਕਹਿੰਦਾ ਤੂੰ ਪਾਸੇ ਰਹਿ ਮਤਲਬ ਪੋਲਿਟੀਕਲ ਲੀਡਰਸ਼ਿਪ ਇਸ ਮੂਵਮੈਂਟ ਨੇ ਬੇਮਾਨਾ ਕਰਤੀ ਹੈ ਤੇ ਇਹ ਇੱਕ ਕਿਸਾਨੀ ਦੀ ਮੂਵਮੈਂਟ ਹੈ ਕਿਸਾਨੀ ਦੀ ਮੂਵਮੈਂਟ ਕਦੇ ਵੀ ਜਿਹੜੀ ਐਡੇ ਵੱਡੇ ਪੈਮਾਨੇ ਤੇ ਮੂਵਮੈਂਟ ਹੈ ਉਹ ਬਗੈਰ ਬਗੈਰ ਸਮਝਿਆ ਨਹੀਂ ਹੋ ਸਕਦਾ ਜੀ ਵੀ ਲੋਕ ਘਰਾਂ ਤੋਂ ਬਾਹਰ ਨਿਕਲੇ ਗਲੀਆਂ ਚ ਆ ਗਏ ਔਰਤਾਂ ਆ ਗਈਆਂ ਗਲੀਆਂ ਚ ਬੱਚੇ ਆ ਗਏ ਤੁਸੀਂ ਜਦੋਂ ਉੱਥੇ ਦੇਖੋਗੇ ਨਾ ਦਿੱਲੀ ਜੀ ਮਤਲਬ ਬੜਾ ਅਜੀਬ ਕਿਸਮਤ 90 ਸਾਲ ਦਾ ਦਾਦਾ ਵੀ ਬੈਠਿਆ ਤੇ 18 ਸਾਲ ਦਾ ਪੋਤਾ ਵੀ ਬੈਠਾ ਦੋਏ ਇਕੱਠੇ ਉਸ ਮੋਰਚੇ ਤੇ ਜਿੱਥੇ ਜਾਨ ਵੀ ਜਾ ਸਕਦੀ ਹੈ ਜਿੱਤੇ ਜਿੱਤੇ ਪਤਾ ਇਸ ਤਰ੍ਹਾਂ ਦੇ ਹੈ ਬਿਲਕੁਲ ਬਿਲਕੁਲ ਦੋਨੋਂ ਇਕੱਠੇ ਆਪਣੇ ਪੋਤੇ ਨੂੰ ਉਸ ਮੋਰਚੇ ਤੇ ਲੱਗੇ ਤੇ ਇਸੇ ਤਰ੍ਹਾਂ ਮਤਲਬ ਜਿਹੜੇ ਔਰਤਾਂ ਜਾਰੀਆਂ ਬੜੀ ਬਹੁਤ ਵੱਡੀ ਤਦਾਦ ਔਰਤਾਂ ਜਾਰੀਆਂ ਸਾਨੂੰ ਰੀਸੈਂਟਲੀ ਜੀ ਟਰਸਟ ਵੱਲੋਂ ਜਿਹੜਾ ਸਬੰਧ ਦਾ ਬਲ ਟਰਸਟ ਹੈ ਉਥੇ ਔਰਤਾਂ 6-700 ਔਰਤਾਂ ਦੇ ਰਹਣ ਜੀ ਹੁਣ ਅੱਜ ਜਾਣ ਕਰਨਾ ਕਰਨਾ ਪਿਆ ਕਿਉਂਕਿ ਔਰਤਾਂ ਦੀ ਗਿਣਤੀ ਉੱਥੇ ਵੱਧ ਰਹੀ ਹੈ ਕੁਝ ਹੈ ਜਿੰਨੇ ਵੀ ਇੰਤਜ਼ਾਮਾ ਘਟਾ ਸੋ ਇਸ ਕਰਕੇ ਉਹਨਾਂ ਨੇ ਸਮਝ ਲਿਆ ਉਹ ਉਸ ਸਮਝ ਕੇ ਜਿਹੜਾ ਹੈ ਉਹ ਸਾਰਾ ਕੁਝ ਟਿਕਦੇ ਨਹੀਂ ਉਹ ਕਿਤੇ ਜੇ ਕਿਤੇ ਵੈਸਟ ਆਉਣਾ ਮਤਲਬ ਕਿਤੇ ਵੀ ਨਹੀਂ ਟਿਕਦਾ ਕਿਤੇ ਉਹਨਾਂ ਕੋਲ ਹੈ ਹੀ ਨਹੀਂ ਲੋਸ ਇਸ ਗੱਲ ਨੂੰ ਡਿਫੈਂਡ ਕਰਨ ਦਾ ਉਹ ਨਾਓ ਐਕਸਪਲੇਨ ਕਰ ਸਕਦੇ ਮੈਂ ਮਤਲਬ ਦਾਅਵੇ ਨਾਲ ਕਹਿ ਸਕਦਾ ਕਿ ਪਾਰਲੀਮੈਂਟ ਦੇ ਇਹ ਜਿਹੜੇ ਮਨਿਸਟਰ ਹੈ ਕੈਬਨਿਟ ਮਨਿਸਟਰ ਹੈ 50% ਕੈਬਨਿਟ ਮਨਿਸਟਰ ਨੇ ਬਿਲ ਨਹੀਂ ਪੜੇ 70% ਜਿਹੜੇ ਪਾਰਲੀਮੈਂਟ ਤੇ ਮੈਂਬਰ ਹੈ ਉਹਨਾਂ ਨੇ ਬਿਲ ਨਹੀਂ ਪੜੇ ਜੀ ਇਹ ਜਦੋਂ ਉਹਨਾਂ ਨੂੰ ਪੁੱਛੋ ਉਹਨਾਂ ਨੇ ਸਿਰਫ ਦਸਤਕਤ ਕੀਤੇ ਐ ਠੱਪੇ ਲਾਏ ਇਹਦੇ ਅੰਦਰ ਪਾਸ ਕੀਤਾ ਇਹਨੂੰ ਹੱਥ मतलब सਾਨੂੰ ਤਾਂ ਇਹ ਪੁੱਛਣਾ ਚਾਹੀਦਾ ਕਿ ਉਹਨਾਂ ਨੂੰ ਤਨਖਾਹਾਂ ਕਿਉਂ ਮਿਲਦੀਆਂ ਫਿਰ ਅਗਰ ਉਹ ਆਪਣਾ ਕੰਮ ਨਹੀਂ ਕਰ ਰਹੇ ਜਿਸ ਬਿੱਲਾਂ ਤੇ ਉਹ ਆਪਣੇ ਧੱਬੇ ਲਾ ਰਹੇ ਆਪਣੀ ਸਟੈਂਪਸ ਆਪਣੇ ਸਿਗਨੇਚਰ ਲਾ ਰਹੇ ਉਹਨਾਂ ਨੂੰ ਪੜ੍ਹ ਵੀ ਨਹੀਂ ਰਹੇ ਤੇ ਲੋਕਾਂ ਤੇ ਥੋਪ ਰਿਹਾ ਇਸ ਤਰ੍ਹਾਂ ਅ ਜੋਗਿੰਦਰ ਜੀ ਮੈਨੂੰ ਤਾਂ ਇਸ ਚੀਜ਼ ਨੂੰ ਸੁਣ ਕੇ ਜਿਦਾ ਕਹਿੰਦੇ ਨਾ ਬਿਲਕੁਲ ਗੁੱਸਾ ਜਾ ਮਹਿਸੂਸ ਹੋ ਰਿਹਾ ਬਟ ਆਈ ਥਿੰਕ ਸਾਨੂੰ ਇੱਥੇ ਬਿਲਕੁਲ ਜਿਸ ਤਰ੍ਹਾਂ ਸਾਡੇ ਪ੍ਰੋਟੈਸਟਰਸ ਦਿੱਲੀ ਦੇ ਬਾਹਰ ਬੈਠ ਕੇ ਇੱਕਦਮ ਸ਼ਾਂਤੀ ਦੇ ਨਾਲ ਇਸ ਅੰਦੋਲਨ ਨੂੰ ਅੱਗੇ ਲੈ ਕੇ ਜਾ ਰਹੇ ਹੈ ਸਾਡੀ ਵੀ ਉਹ ਹੀ ਕੋਸ਼ਿਸ਼ ਰਹੇਗੀ ਜਗਿੰਦਰ ਸਿੰਘ ਜਿੰਦੂ ਜੀ ਐਡਵੋਕੇਟ ਡਿਸਟ੍ਰਿਕਟ ਕੋਰਟ ਪਟਿਆਲਾ ਤੋਂ ਤੁਸੀਂ ਸਾਡੇ ਨਾਲ ਜੁੜੇ ਅੱਜ ਇਸ ਪ੍ਰੋਗਰਾਮ ਦੀ ਸਮਾਪਤੀ ਇੱਥੇ ਕਰਦੇ ਹਾਂ ਬਟ ਮੈਂ ਇੱਕ ਬਰੀ ਫਿਰ ਈਵਰਜ਼ ਨੂੰ ਰਿਮਾਈਂਡ ਕਰਾਉਣਾ ਚਾਹਾਂਗੀ ਜਗਿੰਦਰ ਜੀ ਸਾਨੂੰ ਫਿਰ ਜੁਆਇਨ ਕਰਨਗੇ ਇੱਕ ਹੋਰ ਸੀਰੀਜ਼ ਹੈਗੀ ਇੱਕ ਹੋਰ ਪਾਰਟ ਹੈਗਾ ਇਸ ਸੀਰੀਜ਼ ਦੇ ਵਿੱਚ ਇਨ ਬਿਲਜ਼ ਨੂੰ ਲੈ ਕੇ ਜਗਿੰਦਰ ਜੀ ਸਾਡੇ ਨਾਲ ਜੁੜ ਕੇ ਸਾਨੂੰ ਉਹਦੀ ਵੀ ਐਕਸਪਲੇਨੇਸ਼ਨ ਦੇਣਗੇ ਬਟ ਹੁਣ ਸਰ ਸਾਨੂੰ ਸਤਿ ਸ਼੍ਰੀ ਅਕਾਲ ਬੁਲਾਨੀ ਪੈ ਰਹੀ ਹੈ ਹੈਵ ਅ ਗੁੱਡ ਰੈਸਟੀ ਇਵਨਿੰਗ ਸਤਿ ਸ਼੍ਰੀ ਅਕਾਲ ਤੇ ਸਾਡੇ ਲਈ ਕੋਈ ਕੁਐਸਚਨਸ ਇਸ ਐਪੀਸੋਡ ਨੂੰ ਲੈ ਕੇ ਤੁਸੀਂ ਸਾਨੂੰ ਲਿਖ ਸਕਦੇ ਹੋ info@justbroadcasting.com aashmita@justbroadcasting.com ਇਸ ਸੀਰੀਜ਼ ਦਾ ਨੈਕਸਟ ਪਾਰਟ ਕੱਲ ਤੁਹਾਡੇ ਨਾਲ ਲੈ ਕੇ ਪੇਸ਼ ਹੋਵਾਂਗੇ ਹੁਣ ਸਾਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ